बेगम फजर दे आजाना ठीक है, मैं बैठा पे नमाज से तो बाले को उठाओ पे नमाज पढ़ें। ठीक है सही, जल्दी करो। अस्सलाम वालेकुम रहमतुल्लाह, अस्सलाम वालेकुम रहमतुल्लाह। अय अल्लाह, जो ना समझिए गुनाह कितन, जो जान बचते गुनाह कितन, अल्लाह सैया सारे सारे गुनाह माफ फरमा मेरा अल्लाह। अय अल्लाह, असा को पंज वक्त नमाज पढ़ने की तौफीक अदा फरमा। अल्लाह सैया तमाम वस्ती वाले दी खैर फरमा। ला इलाहा इल्लल्लाह मुहम्मदुर रसूलुल्लाह। यार बाजू मेरी नयो सरदी सोने, यार बाजू मेरी नयो सरदी सोने, यार बाजू मेरी नयो सरदी तंग आवे बदती सिख आवे चढ़दी सुन, यार बाजू मेरी नहीं सकती सोने, यार बाजू बस नहीं सरदी, बस मेरी नहीं सर, बस मेरी नहीं सरदी सोने, यार बाजों कासद मिठा मिसरिया देसा माही बनाई में मन तया हज पै रुखी सरकार को राहू वाला इन बनतया ओ सोने, यार बाजों मेरी नहीं सकती सोने, यार बाजों ए बारहा चावन दाना, ए बारहा चावन दाना सीने दे बिच मावन दाना मुंह खोल दे गावन दाना हम जम जलाया क्या करा बस नंबरदार साहब क्या मामला है? ਉਹੀ ਇੱਕ ਦੂਜੇ ਦੀ ਇੱਜ਼ਤ ਦੁਸ਼ਮਣ ਬਣ ਗਏ, ਇੱਕ ਦੂਜੇ ਦੇ ਬੰਦੇ ਮਾਰਾਂ ਜਾਣ। ਨੰਬਰਦਾਰ ਸਾਹਿਬ ਹੀ ਦੁਸ਼ਮਣੀ ਦੀ ਕੋਈ ਖਾਸ ਵਜ੍ਹਾ? ਪਿਛੇ ਤਾਂ ਆਪਣੀ ਜ਼ਮੀਨ ਤੇ ਪਾਣੀ ਦੀ ਵਾਰੀ ਲਾਉਣ ਗਏ, ਉੱਥੋਂ ਦਾ ਵੱਡਾ ਬਿਰਾ ਸ਼ਬੀਰ ਅਹਿਮਦ ਵੀ ਆ ਗਏ। ਸ਼ਬੀਰ ਅਹਿਮਦ ਆ ਤੇ ਪਾਣੀ ਦੀ ਵਾਰੀ ਮੇਰੀ ਹੈ, ਰਸ਼ੀਦ ਅਹਿਮਦ ਆ ਤੇ ਪਹਿਲੇ ਮੇਰੀ, ਉੱਥਾ ਕੇ ਗੁਆਇਆਂ ਦੀ ਲੜਾਈ ਪੈ ਗਈ। ਜਦੋਂ ਸ਼ਬੀਰ ਅਹਿਮਦ ਘਰ ਗਏ ਮੈਂ ਆਪਣੇ ਪੁੱਤਰੇ ਕੋਲ ਸਾਰਾ ਹਾਲ ਦੱਸਿਆ, ਤੁਹਾਡੇ ਚਾਚੇ ਨੇ ਮੇਰੇ ਨਾਲ ਅੱਜ ਬਦਤਮੀਜ਼ੀ ਕੀਤੀ। ਸ਼ਬੀਰ ਅਹਿਮਦ ਦੇ ਵੀ ਦੋ ਪੁੱਤਰ ਸੀ, ਉਹਦੇ ਪੁੱਤਰੀ ਅਵਾਰ ਹੈ ਅਤੇ ਅਨਪੜ੍ਹ। ਸ਼ਬੀਰ ਅਹਿਮਦ ਦੋ ਹੀ ਪੁੱਤ ਆਪਣੇ ਪਿਓ ਦੀ ਬੇਇੱਜ਼ਤੀ ਦਾ ਬਦਲਾ ਗਿਣਨ ਕਿਤੇ ਆਪਣੇ ਚਾਚੇ ਦੇ ਘਰ ਉੱਥਾਂ ਕੋਈ ਮਰਦ ਬਣਾ, ਜਿਹਨੇ ਕਿ ਉਹਦੀ ਆਪਣੀ ਚਾਚੀ ਆਪਣੀ ਉਹਦੀ ਸੌਤ ਸਿਰ ਤੋਂ ਬੋਛਣ ਲਾ ਗਿਆ। ਜਿਹਨਾਂ ਰਸ਼ੀਦ ਅਹਿਮਦ ਘਰ ਹੈ ਉਹ ਸਾਰੀ ਹਾਲ ਹਕੀਕਤ ਬਾਲੇ ਨੇ ਦੱਸੀ ਹੈ, ਉਹਨਾਂ ਨੇ ਉਹ ਕੰਮ ਕੀਤੇ ਜਿਹੜੇ ਉਹਨੇ ਸੌਤਰਿਆਂ ਦੇ ਕੰਮ ਕੀਤੇ। ਮਤਲਬ ਕਿੱਥੋਂ ਦਾ ਕਾਨੂੰਨ ਹੈ ਸੀ, ਲੜਾਈ ਹੋਵੇ ਜਵਾਨਾਂ ਦੀ ਬੇਇੱਜ਼ਤੀ ਮੈਨੂੰ ਔਰਤਾਂ। ਸ਼ਬੀਰ ਅਹਿਮਦ ਇਹ ਜੋ ਕੁਝ ਨੰਬਰਦਾਰ ਆਦਾ ਪੇ ਸੱਚੇ ਸਹੀ, ਪਹਿਲੇ ਪਾਣੀ ਦੀ ਵਾਰੀ ਮਿਲੀ ਸੀ, ਲੜਾਈ ਮੇਰੇ ਫਿਰਾ ਕੀ ਮੈਂ ਨਹੀਂ ਲੜਿਆ ਸਹੀ। ਸਹੀ ਇਹ ਕੂੜ ਬੇਟਾ ਮਰਦੇ ਪਾਣੀ ਦੀ ਵਾਰੀ ਪਹਿਲੇ ਮੇਰੀ ਹੈ, ਲੜਾਈ ਵੀ ਹੀ ਕੀਤੀ ਹੈ, ਇਹ ਗਲਤ ਬੇਟਾ ਕਹਿੰਦੇ ਸਹੀ। ਇਹ ਤਾਂ ਮੇਰੇ ਪਿਓ ਦੀ ਜਾ ਪਜਾ ਹੈ, ਵੱਡਾ ਬੇਰਾ ਹੈ,
ਤਾਂ ਉਹ ਹਾਲ ਕਰਾਂ ਨਾ ਜਹਾਨ ਦੇਖਿਆ। ਤੂੰ ਸ਼ਰਮ ਕਰ, ਸ਼ਰਮ। ਅੱਜ ਤੁਸਾਂ ਇਹੋ ਜਿਹੀ ਹਰਕਤ ਕੀਤੀ ਹੈ ਜੋ ਕੋਈ ਕੋਈ ਅਕਲਮੰਦ ਦੁਸ਼ਮਣ ਵੀ ਨਹੀਂ ਕਰਦਾ। ਇਹਦੇ ਵਿੱਚ ਤੁਸਾਂ ਦੇ ਪੁੱਤਰ ਕਸੂਰਵਾਰ। ਕਿਆ ਇਹ ਹੈ ਇਨਸਾਨੀਅਤ? ਇਹ ਦੁਨੀਆ ਸੁਣ ਸੇ ਕਿਆ ਖੇਸ ਹੈ? ਕਿਆ ਖੇਸ ਹੈ ਜੋ ਮਲਿਕ ਬਾਦਸ਼ਾਹ ਦੇ ਇਲਾਕੇ ਦੇ ਵਿੱਚ ਇਹ ਕਿਹੋ ਜਿਹੇ ਲੋਕ ਰਹਿੰਦੇ ਪਏ? ਓਏ ਬੇਵਕੂਫੋ, ਕੁਝ ਖੁਦਾ ਨੂੰ ਡਰੋ, ਡਰੋ ਕੁਝ ਖੁਦਾ ਨੂੰ। ਇਹ ਹਰ ਸ਼ਾਇ, ਇਹ ਜ਼ਮੀਨ ਜਾਇਦਾਦ ਇੱਥੇ ਹੀ ਪਈ ਰਾਸੇ। ਜੇਕਰ ਨਾਲ ਵੈਸੇ ਇਨਸਾਨੀਅਤ ਵੈਸੇ ਸਾਡੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਵਸਲਮ ਦਾ ਫਰਮਾਨ ਹੈ, ਦੂਜੇ ਦੀ ਮਾਂ ਭੈਣ ਦੀ ਇਤਨੀ ਇੱਜ਼ਤ ਕਰੋ ਜਿਤਨੀ ਆਪਣੀ ਮਾਂ ਭੈਣ ਦੀ ਇੱਜ਼ਤ ਕਰੋ। ਤੁਸਾਂ ਅੱਜ ਆਪਣੇ ਨਬੀ ਪਾਕ ਦਾ ਫਰਮਾਨ ਬੋਲਦੇ ਬਹੁ ਵੱਡਾ ਗੁਨਾਹ ਕੀਤੇ। ਸਾਰੇ ਨਬੀ ਪਾਕ ਦਾ ਫਰਮਾਨ ਹੈ, ਅਗਰ ਦੁਸ਼ਮਣ ਕੋਈ ਮੌਤ ਦੇਣੀ ਹੈ ਤਾਂ ਉਹ ਮਾਫ਼ ਕਰ ਦਿਓ, ਉਹ ਆਪਣੀ ਮੌਤ ਆਪ ਮਰਵੇ ਸੀ। ਮਲਿਕ ਸਾਹਿਬ, ਇਹੋ ਜਿਹਾ ਫੈਸਲਾ ਸੁਣਾਓ ਸਾਰੀ ਜ਼ਿੰਦਗੀ ਵਾਸਤੇ ਇਹਨਾਂ ਦਾ ਝਗੜਾ ਮੁੱਕ ਹੋ ਜਾਵੇ। ਮਲਿਕ ਸਾਹਿਬ, ਜੋ ਤੁਸੀਂ ਫੈਸਲਾ ਕਰ ਰਹੇ ਹੋ ਮੈਂ ਰਾਜ਼ੀ ਹਾਂ। ਮੈਂ ਹੀ ਆਪਣੀ ਬਰਾਦਰੀ ਦਾ ਵੱਡਾ ਹੋਣ ਦੇ ਨਾਤੇ ਮੈਂ ਇਹ ਹੁਕਮ ਦੇਣਾ, ਤੁਸੀਂ ਦੋਹੀ ਭਰਾ ਰਸ਼ੀਦ ਅਹਿਮਦ ਤੇ ਸ਼ਬੀਰ ਅਹਿਮਦ ਆਪਣੇ ਦੋਹੀ ਬਦਰੀਜੇ ਕੋ ਰਿਸ਼ਤਾ ਵੀ ਦੇਸੋ, ਆਪਣਾ ਪੁੱਤਰ ਵੀ ਬੜੇ ਸੋ। ਤੁਸਾਂ ਆਪਸ ਇੱਕ ਬੇ ਕੋ ਰਿਸ਼ਤੇ ਦੇਵਣ ਦੀ ਵਜ੍ਹਾ ਕੋ ਇਹ ਫਸਾਦ ਇਹ ਝਗੜਾ ਇਹ ਮਿਟ ਵੈਸੇ ਖਤਮ ਥੀ ਵੈਸੇ। ਮੇਰਾ ਫੈਸਲਾ ਤੁਹਾਨੂੰ ਮਨਜ਼ੂਰ ਹੈ ਕਿ ਕਹਿਣਾ? ਮਲਿਕ ਸਾਹਿਬ, ਅਗਰ ਉਹ ਰਾਜ਼ੀ ਹੈ ਤਾਂ ਮੈਂ ਹੀ ਫੈਸਲੇ 'ਚ ਰਾਜ਼ੀ। ਸ਼ਾਬਾਸ਼, ਮੇਰੇ ਕੋ ਤੁਹਾਡੇ ਕੋਲੋਂ ਇਹ ਉਮੀਦ ਹੈ। ਮਲਿਕ ਸਾਹਿਬ, ਅੱਜ ਇਹ ਜਿਹਾ ਫੈਸਲਾ ਸੁਣਾਇਆ ਵੇ ਜੋ ਸਾਰੀ ਜ਼ਿੰਦਗੀ ਇਹੋ ਜਿਹਾ ਨਹੀਂ ਸੇ ਸੁਣਿਆ। ਸ਼ੁਕਰੇ, ਉੱਠੋ, ਤੁਸੀਂ ਆਪਣੇ ਆਪ ਤੇ ਹੁਣ ਮਾਫੀ ਮੰਗੋ। ਉੱਠੋ, ਖਾਬਲ ਪਾਓ, ਉੱਠੋ ਉੱਠੋ ਉੱਠੋ, ਅਰੇ ਤੁਵੇ ਤੁਸੀਂ ਚੱਲ ਚਲੋ ਹੈ ਨਾ ਤੁਸੀਂ ਚਲੋ ਪਾਓ। ਸ਼ੁਕਰੀ ਮੇਰਾ ਅੱਲਾਹ, ਮੈਂ ਗੁਨਾਹਗਾਰ ਕੋਏ ਫੈਸਲਾ ਕਰਨ ਦੀ ਤੌਫੀਕ ਅਦਾ ਫਰਮਾਈ ਮੇਰਾ ਮਾਲਿਕ ਆ, ਮੇਰਾ ਅੱਲਾਹ ਤੇ ਦਾਵਤ ਆਇਆ ਸਾ। ਅੱਜ ਵੱਡੇ ਪਿਆਰ ਨਾਲ ਮੇਰੇ ਪੁੱਤਰਾਂ ਨਾਲ ਗੱਲ ਨਹੀਂ ਪਿਆਤੀ ਜੈਨ, ਬੇਕੂ ਤਾਂ ਪਤਾ ਚੱਲੇ ਜੇ ਕਿਆ ਗੱਲ ਹੀ ਕਰਨ ਬੈਠੇ ਵੇ। ਉਹ ਬੇਗਮ, ਮੈਂ ਆਪਣੀ ਔਲਾਦ ਨੂੰ ਇਹੋ ਪੁੱਛਣ ਦੇ ਲੱਗਦਾ ਆਪਣੇ ਕੋਲੋਂ ਵੱਡੇ ਦੀ ਇੱਜ਼ਤ ਕਰਾਏ ਤੇ ਛੋਟੇ ਨਾਲ ਸ਼ਫਕਤ ਨਾਲ ਪੇਸ਼ ਆਵੇ, ਹਮੇਸ਼ਾ ਯਤੀਮੇ ਦਾ ਤੇ ਬੇਸਹਾਰਾ ਦਾ ਸਹਾਰਾ ਬਣਾ ਹੈ। ਮਲਿਕ ਸਾਹਿਬ, ਇਹ ਤਾਂ ਤੁਸੀਂ ਬਹੁਤ ਚੰਗਾ ਸਮਝਦੇ ਬੈਠੇ ਵੇ। ਬਾਬਾ ਸਾਹਿਬ, ਤੁਹਾਡੇ ਹਰ ਹੁਕਮ ਸਾਡੇ ਸਿਰ ਰੱਖੇ, ਇਨਸ਼ਾਅੱਲਾ ਹੀ ਮੈਂ ਦੇਖ ਲਿਆ ਜਿਵੇਂ ਤੁਸੀਂ ਹੁਕਮ ਕਰਦੇ। ਬਾਬਾ ਸਾਹਿਬ, ਲਾਲ ਹੈਦਰ ਕੋ ਆਖੋ ਜੋ ਮੇਰੇ ਨਾਲ ਜੋ ਉੱਤੇ ਮੇਰੇ ਕਿਤਾਬਾਂ ਦਾ ਕਿਨਾਰੇ ਵੇ। ਲਾਲਾ, ਤੂੰ ਖੁਦ ਚਲਾਵਾਂ ਬਾਜ਼ਾਰ, ਤੂੰ ਖੁਦ ਮੰਦੇ ਕਿਤਾਬਾਂ ਕਹਿੰਦਾ, ਮੇਰੇ ਕੋ ਬਾਬਾ ਸੀ ਨਾਲ ਬਾਣਾ ਤੂੰ ਕੁਝ ਗੱਲ ਹੀ ਸਿੱਖਣੇ ਨਾ। ਮੇਰਾ ਪੁੱਤਰ, ਜਿਵੇਂ ਤੇਰਾ ਵਿਰਾ ਆ ਜੇ ਤੂੰ ਇਹਦੇ ਨਾਲ ਬਣ ਤੇ ਤੇਰਾ ਵਿਰਾ ਖੁਸ਼ ਥੀ ਵੇ ਸੀ। ਅੱਛਾ ਬਾਬਾ ਸਿੰਘ, ਜਿਵੇਂ ਤੇਰਾ ਹੁਕਮ, ਮੈਂ ਚਲਾ ਵੇਣਾ। ਆਓ ਲਾਲਾ, ਚਲੋ। ਮਲਿਕ ਸਾਹਿਬ, ਤੁਹਾਡੇ ਵੰਜਣ ਦੇ ਬਾਅਦ ਤੁਹਾਡਾ ਛੋਟਾ ਭਰਾ ਹਾਕਿਮ ਆਇਆ ਹਾਂ ਤੇ ਉਹ ਸ਼ਰਾਬ ਦੇ ਨਸ਼ੇ 'ਚ ਧੁੱਤ ਹਾਂ, ਮੇਰੇ ਕੋਲ ਪੈਸੇ ਮੰਗਦਾ ਹਾਂ। ਤੇ ਤੈਂ ਵਾਲਾ ਉਹ ਪੈਸੇ ਦੇ ਦਿੱਤਿਆ? ਜੀ ਆ ਸਹੀ, ਪੈਸੇ ਤਾਂ ਮੈਂ ਉਹ ਕੋ ਦੇ ਦਿੱਤੇ ਹਨ, ਪਰ ਤੁਸੀਂ ਉਹ ਕੋ ਸਮਝਾਓ ਉਹ ਸ਼ਰਾਬ ਪੀ ਤੇ ਸਾਰੇ ਘਰ ਨਾ ਆਇਆ ਕਰੇ। ਬੇਗਮ, ਉਹ ਖੁਦ ਸ਼ਰਾਬ ਕਹਿੰਦੇ ਪੀਂਦਾ, ਉਹਦੇ ਚੰਦ ਦੋਸਤ ਉਹ ਸ਼ਰਾਬ ਪਿਲਾ ਦਿੰਦੇ, ਉਹ ਇੱਕ ਜਿਹੜੇ ਠੀਕ ਥੀ ਵੇ ਸੀ, ਤੂੰ ਫਿਕਰ ਨਾ ਕਰ। ਤੁਹਾਡੇ ਮਨਸੂਬੇ ਤੇ ਪਾਣੀ ਫਿਰ ਗਏ, ਮਲਿਕ ਬਾਦਸ਼ਾਹ ਨੇ ਸ਼ਬੀਰ ਤੇ ਰਸ਼ੀਦ ਦੀ ਸੁਲਾਹ ਕਰਾ ਦਿੱਤੀ ਹੈ। ਏ ਤੂੰ ਚੰਗਾ ਨਹੀਂ ਕੀਤਾ ਮਲਿਕ ਬਾਦਸ਼ਾਹ, ਤੂੰ ਸ਼ਬੀਰ ਤੇ ਰਸ਼ੀਦ ਦੀ ਸੁਲਾਹ ਕਰਾ ਦੇ, ਮੇਰੇ ਸਾਰੇ ਮਨਸੂਬੇ ਤੇ ਪਾਣੀ ਫਿਰ ਗਏ। ਦਾਦਾ ਸਿੰਘ, ਚਾਚਾ ਸਿੰਘ ਨੇ ਚੰਗਾ ਨਹੀਂ ਕੀਤਾ, ਦੋਵੇਂ ਭਰਾਵਾਂ ਦੀ ਸੁਲਾਹ ਕਰਾ ਦੇ।
मैं तने को लड़ा मार दे खातिर दिन रात हिक का दम ओए चांदा तम मैं भी यो के उने तू है फिरामा दी लड़ाई दे विच कुछ जेल चले बजे ना ते कुछ लोग मर गए के उने तू है दी जायदाद मैं सस्ते दाम खेते ओए हुंदे ते राज करा पर मलिक बादशाह मैं मेरे खाबे को मिट्टी हच मिला रही क्यों ना बाबा सिंह आप उन्हें दुहाई भिरा में को लड़ावन दी वल कोशिश करो क्या ख्याल है तुम्हारा ना मलिक सिकंदर ना तो नहीं जानता बस्ती वाले को वो मर तो सकते पर मलिक बादशाह का फैसला नहीं टाल सकते तो सब्र कर करण दे मलिक बादशाह को फैसला एक फैसला मेरी तरफ से मलिक बादशाह की कुर्सी दे तेरा प्यो मलिक हाकिम है पर बाबा सही हुक्म करो करना क्या है तू सब्र कर एक बारी इन्हें बस्ती वालों को आपस इस लड़ाते देखो इन्हें दी जमीन से कब्जा करें वल तेल दे अली तू मेरे नाल बहुत प्यार करे नी तू मेरे को छोड़ देना डेसे जाने मन मैं मलिक बादशाह का पुत्र हाँ पर मलिक बादशाह के पुत्र को जड़ी भी चीज़ पसंद आवे ने वह को हासिल करते रहोंगे और तू तो मेरी जान है भला मैं तेको किवें छोड़ सकता क्या तू वाकई मेरे नाल प्यार करे ने अली अज मैं पूछते रहा सा कि तू मेरे नाल कितना प्यार करे ने अज मैं तेको दस देवा कि मैं तेरे नाल कितना प्यार करे ने अली तेरे नाल बह के मैं ये भूल गई हां कल मेरा पहला पेपर है पहले इश्क दे इम्तिहान है तब पास देवन कॉलेज का इम्तिहान बाद अली मेरे को कुछ क्या नहीं पता तू बन मेरे को पढ़न दे अली और तू जल्दी बन पहले इश्क दे इम्तिहान अली मेरे को पढ़न दे सना पहले इश्क दे इम्तिहान करेगी मेरे को कुछ क्या नहीं पता तू बन Yeah.
اللہ میں کو حق تے سچ فیصلہ کرن دی توفیق عطا فرما۔ آمین ثم آمین۔ آلا بدار صاحب کیا معاملہ ہے؟ چاچے اللہ رکھے اون دے پوت شرافت خان گھروں کڈ ملک ہے چاچے اللہ رکھے کو گھروں ہی سان کڈ جو بیمار تھے چاچے اللہ رکھے نے اپنی زندگی دے ساری زمین جائیداد اپنے پوترے نام کر ملک ہے ہن کتھوں جی سا کوئی اپنا فیصلہ کرو۔ چاچا اللہ رکھیا اے لمبادار صاحب سچا دا پے اپنے پیو کو گھروں کیوں کٹے؟ ملک صاحب میری زال آخے یا تو اپنے پیو کو گھر رکھ یا میرے کو گھر بلا۔ اگر تیرا پیو ای گھر چرا سے بل میں چلی ویس۔ ملک صاحب ہوں تصا فیصلہ کرو، میں اپنے بالیں گھروں کٹ چھوڑا سائیں، یہ تو اِسی اوے مران والے، میں ہوں کیا کرے سا سائیں؟ زندہ باد غیرت کی تھی اپنے پیو کو گھروں کٹی۔ وہ بد نصیبہ، وہ بد نصیبہ، وہ جہارے یاد کر جدا تیرا پیو پال سامب تے یہ جڑا وڈا کارخانہ ہے تے اج تو اپنے پیو کو گھروں کٹ چھوڑی۔ ملک صاحب میری گل تے سن، چپ رہے بد نصیبہ، چپ رہے، تیرے منہ وچوں ایک لفظ بھی نہ نکلے نہ تا میں تیری زبان چھک انسان۔ یاد رکھ اور بدبختہ، اج تو جڑا فصل رہدا پئی کل کو تو وہ کٹے سے، کل تے کو تیری اولاد ایویں کڑھے سے جی میں آج تو پیوک پیا کڑھے دی دھکے مار دے کڑھے سے۔ سارے اللہ پاک نے فرمائے جو اپنے پیو ماں دا چہرہ دیکھن ثواب رحمت، اگر ماں دے پیرے تلے جناتے تے پیو جنت دا دروازہ ہے۔ نر ہوں وقت ہوں جنا تو مر گیو تے فرشتے تیرے نال کبر کیا کرے سن؟ یاد رکھ جگر بیوی چلی گئی تا اولا بئی آوے سے، اولاد مر گئی اللہ دے حکم نال بئی جمبو سے، جائیداد لٹ گئی اللہ دے حکم نال بئی ملوے سے۔ اوے بدبختا، دنیا دی ہر شے واپس آ سکتی ہے اگر نہیں آندا اوے پیو تے ماں۔ اوے بدبختا سن، اج میرا فیصلہ ہے تیرا پیو ہن میرے نال میرے گھر دے وچ رہ سے تے میرا بابا صحیح مرد رہ سے۔ جے اگر اج تو بعد تے ول دے رخ آیا تے میں تیرا اے حشر کرے سا جو دنیا دیکھ سے۔ السلام علیکم۔ وعلیکم السلام۔ چاچا چاچا سے کیا؟ شکریہ دادا۔ بیٹا آپ پہلے کسی ملے تھے؟ جی ہاں، میں تمہارے دوست ڈی ایس پی رحمت خان کا بیٹا ہوں۔ میرے دوست رحمت علی کا بیٹا؟ او بسم اللہ، میرا پوتر ماشاء اللہ ہوں بھی اپنے پیو والے کا ڈی ایس پی بن گئی۔ جی ہاں ماشاء اللہ، دل بڑا خوش تھی گئی۔ تو سنا اپنے ابے دا ٹھیک ہے نا؟ غریب مدد کرے نہ بے گناہ بندے کو چلا نہ تھی مارے نہ میرا پتر میں بھی ہو جاتے سا تو بھی اپنے ابا سی دے نقشے قدم تے چل سے ایک نہیں غریبے کو مظلومے کو نہیں ستا ہونا۔ میں کو بھی امید ہے کہ تو اپنے پیو والے کا ایمانداری نال نوکری کرے سے۔ چاچا سے فکر نہ کرو، میں اپنی نوکری ایمانداری نال کروں۔ شاباش چاچا سے، تو فکر نہ کرو، میں اپنی ڈیوٹی ایمانداری نال کروں گا، صرف تواڈی دعا دی ضرورت ہے۔ شاباش میرا پتر، جے تو اپنی نوکری ایمانداری نال کرے سے کہ کامیابی تیرے قدم چم سے، جو تے کھانا کم دو تو بڑا دفتر بن جی پیا۔ جی میں قرآن نہیں صحیح بابا پڑھائی دا سنا جے بڑو سی پڑھائی بالکل ٹھیک لینی ہے ماشاءاللہ۔ اما سر میں تو چاہنا جو علی بھائی کو اسلام آباد بھیجو تاکہ اتنا اچھی تعلیم حاصل کرے۔
ਜੀ ਮਲਿਕ ਸਾਹਿਬ, ਮੈਂ ਵੀ ਇਹੋ ਕੁਝ ਚਾਹੁੰਦੀ ਹਾਂ। ਜੁਮੇ ਦਾ ਪੁੱਤਰ ਪੜ੍ਹ ਲਿਖ ਤੇ ਉਹ ਵੱਡਾ ਅਫਸਰ ਬਣੇ। ਕਿਉਂ ਨਾ, ਜੇ ਤੁਸੀਂ ਸਾਰਿਆਂ ਦੀ ਆਹ ਸਲਾਹ ਹੈ ਤੇ ਮੇਰਾ ਪੁੱਤਰ ਅਫਸਰ ਹੀ ਬਣਸੀ। ਜਲੋ ਪੁੱਤਰ, ਤੁਸੀਂ ਅੰਦਰ ਜਲੋ। ਹਾਕਿਮ, 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 ਕਿਹੜਾ ਹਾਕਿਮ? ਹਾਂ, ਕਿਹੜਾ ਹਾਕਿਮ? ਅੱਜ ਤੂੰ ਬੜਾ ਸ਼ਰਾਬ ਪੀਤੇ ਆ ਗਈ ਤੇ ਸ਼ਰਾਬ ਸਾਰੇ ਮਹਾਰਾਜਾ ਪੇ ਖਰਾਮ ਹੈ ਤੇ ਮੇਰੀ ਔਲਾਦ ਜਵਾਨ ਹੈ, ਕਿਆ ਸੋਚੇ ਸੀ? ਉਹਨਾਂ ਦਾ ਚਾਚਾ ਇੱਕ ਨਸ਼ਈ ਹੈ, ਇੱਕ ਸ਼ਰਾਬੀ ਹੈ। ਕਿਆ ਸੋਚੇ ਸੀ ਤੇਰੀ ਔਲਾਦ? ਹਾਂ, ਮੈਂ ਉਹਨੇ ਤੂੰ ਕਹਿ ਦਿੱਤੀ ਨਾ ਔਲਾਦ, ਕਿਆ ਸੋਚੇ ਸੀ ਫਿਰ ਤੂੰ? ਤੂੰ ਮੇਰੇ ਪਿਓ ਦੀ ਜਾਇਦਾਦ ਨਾਂ ਬਣ ਤੇ ਬੇਚੀ ਪਿਆ ਨਾਂ ਬਰਦੀ ਉਹਦਾ ਬਿਰਾ ਬੜਾ ਬਰਦੀ। ਹਾਕਿਮ, ਕਿਆ ਮੈਂ ਨਾਗਾ? ਮੈਂ ਤਾਂ ਹਮੇਸ਼ਾ ਤੇ ਕੋ ਆਪਣੀ ਔਲਾਦ ਕੋ ਨੂੰ ਵੱਧ ਸਮਝੇ ਵੱਧ। ਹਾਕਿਮ, ਮੈਂ ਤੇ ਕੋ ਹਮੇਸ਼ਾ ਸਿਰਫ ਇਹੋ ਕੁਝ ਸਮਝਾਏ, ਜੇ ਸ਼ਰਾਬ ਨਾ ਪੀਤੀ ਗਾ, ਸ਼ਰਾਬ ਸਾਡੇ ਬਾਜ਼ਾ ਵਿੱਚ ਹਰਾਮ ਹੈ, ਕਹੀਂ ਸ਼ਰਾਬ ਦੀ ਵਜ੍ਹਾ ਕਿਨੂੰ ਸਾਡੇ ਇਸਲਾਮ ਦਾ ਕਿਆ ਨੁਕਸਾਨ ਥੇ, ਕਿਆ ਨੁਕਸਾਨ ਥੇ? ਮੈਂ ਖਾਫੀ ਦਾ ਹੈ, ਸ਼ਰਾਬ ਪੀਦਾ ਮੈਂ? ਵਾਹ, ਦੇਖ ਬਦਾ ਦੀਨ ਤਾਲ ਪਰਾਵੇ, ਤੂੰ ਤੂੰ ਸਭ ਤੋਂ ਵੱਡਾ ਕਾਫੀ ਨਹੀਂ। ਜ਼ਰਾ ਮੇਰੇ ਪਿਓ ਦੀ ਜਾਇਦਾਦ ਤੇ ਕਬਜ਼ਾ ਕੀਤੀ ਹੋਈ ਸੀ। ਮਲਿਕ ਹਾਕਿਮ, ਅਹਿਸਤਾ ਲਾ, ਉਹ ਬਸਤੀ ਵਾਲੇ ਸੁਣ ਕੇ ਸਨ। ਸੁਣ ਕੇ ਸਨ ਬਸਤੀ ਵਾਲੇ? ਉਹਨੇ ਕੋਈ ਪੱਤਰ ਤਾਂ ਲੱਗੇ ਤੇ ਤੂੰ ਕਿਧਰ ਵਾਦਾ ਮੁੰ ਤੇ ਪਈ? ਹਾਂ, ਸਾਰੀ ਜਾਇਦਾਦ ਤੇ ਮੈਂ ਜ਼ੋਰ ਪਾ ਦੇਖੇ ਸਾਂ। ਸੁਣੋ ਬਸਤੀ ਵਾਲੇ, ਇਹ ਮੇਰਾ ਫਿਰਾ ਮਲਿਕ ਬਾਦਸ਼ਾਹ ਨਹੀਂ ਬਣ ਕੇ ਇੱਕ ਜ਼ਾਲਮ ਹੈ। ਮੈਂ ਤਾਂ ਇਹੋ ਕੁਝ ਚਾਹੁੰਦਾ, ਤੂੰ ਹੀ ਘਰ ਚ ਰਹੇ, ਸ਼ਰਾਬ ਛੋੜ ਦੇ ਤੇ ਨਮਾਜ਼ ਪੜ੍ਹ ਤੇ ਗਰੀਬ ਨਾਲ ਪਿਆਰ ਕਰ। ਮੈਂ ਕਦਾ ਆਖੇ ਜੋ ਤੂੰ ਜਹਿਦਾਦ ਦਾ ਵਾਰਿਸ ਕਰ ਵੀ, ਇਹ ਸਾਰਾ ਕੁਝ ਤੇਰਾ ਹੈ, ਤੂੰ ਮਾਲਕ ਹੈ। ਵਾ ਮੇਰੇ ਜਿਹੜਾ ਰੁਪਾ ਰੁਪਾ ਪੁੱਤਾ ਦੇ ਤੇ ਇੱਕ ਫਰ ਅਰੇ ਆਕਰ ਤੇ ਤਹਿਨ ਦਾ ਮਨਸਰਾ ਤੇ ਤਾਜ ਮੈਂ ਇਹ ਜਹਿਦਾਦ ਨਾ ਸਕੀ ਅੱਜ ਤੇ ਚਾਚਾ ਪੜ ਰਿਹਾ। ਵਾ ਮਦਦ ਬਾਦਸ਼ਾਹ ਵਾ, ਅੱਜ ਤੂੰ ਆਪਣੇ ਪੁੱਤੇ ਨੂੰ ਮੈਂ ਕੁਝ ਦਿੱਕੇ ਦੇ ਵੇ ਆਪਣੇ ਆਪਣੇ ਪਿਓ ਕੋ ਕਿਆ ਮੂੰਹ ਲਿਖੇ ਸਾ? ਜ਼ਲੀਲ ਕਰੋ ਆਹ ਆਪਣੀ ਔਲਾਦ ਕੋ, ਬਣਤੇ ਆਪਣੇ ਚਾਚਾ ਸਿੰਘ ਕੋ ਮਾਫੀ ਮੰਗੇ ਆਖੀ ਨੇ ਕੋ। ਮਲਿਕ ਸਾਹਿਬ, ਕਸੂਰ ਤੁਹਾਡੇ ਫਿਰਾਦ ਆਏ,
ਤੇ ਵਾਂ ਤੇ ਹੁੰਦੇ ਕੋ ਮਾਫੀ ਮੰਗੇ ਉਹ ਵੀ ਨਿਕਲ ਵਾਂ ਨਹੀਂ ਖਾਰੇ ਚੋਂ ਨਿਕਲ ਵਾਂ ਨਹੀਂ ਖਾਰੇ ਚੋਂ ਖੂਨ ਪੀਵੇ ਸਨ ਤੇ ਅੱਜ ਤੁਹਾਨੂੰ ਲਾਸ਼ਾਂ ਚੱਪਦੇ ਸਨ ਲਾਸ਼ਾਂ ਅਸੀਂ ਤਾਂ ਲੈਣਾ ਕਹਿੰਦੇ ਹੈ ਕੱਲ੍ਹ ਵਾਲੀ ਕੀਤੀ ਹੋਈ ਗਲਤੀ ਦੀ ਤੁਹਾਡੇ ਕੋਲ ਮਾਫ਼ੀ ਮੰਗਣਾ ਸੀ ਚਾਚਾ ਸਿੰਘ ਲਾਲਾ ਹੈ ਤਾਂ ਠੀਕ ਰੱਖਣਾ ਤੇ ਅਸੀਂ ਤਾਂ ਲੜਨ ਵਾਸਤੇ ਕਹਿਣੀ ਹੈ ਬਾਬਾ ਸਿੰਘ ਦਾ ਹੁਕਮ ਹੈ ਕਿ ਆਪਣੇ ਚਾਚੇ ਕੋਲੋਂ ਮਾਫ਼ੀ ਮੰਗਦੇ ਹੋ ਅਤੇ ਅਸਾਂ ਮਾਫ਼ੀ ਮੰਗਣਾ ਹੈ ਅੱਛਾ ਤੇ ਤੁਸਾਂ ਮਾਫ਼ੀ ਮੰਗਣਾ ਵੇ ਸਿਕੰਦਰ ਮਲਕ ਸਿਕੰਦਰ ਦੀ ਕਿਤਾਬ ਦੇ ਵਿੱਚ ਮਾਫ਼ੀ ਦਾ ਕੋਈ ਲਫ਼ਜ਼ ਕਹਿਣੀ ਸਿਰਫ ਜੁਰਮ ਦੀ ਸਜ਼ਾ ਮਿਲਦੀ ਹੈ ਸਜ਼ਾ ਮਲਕ ਸਾਹਿਬ ਢੇਰ ਸਾਰੀ ਦੇਰ ਥੀ ਕਿ ਮੇਰੇ ਪੁੱਤਰ ਨਹੀਂ ਆਉਂਦੇ ਪਏ ਤੁਸੀਂ ਉਹਨੇ ਦਾ ਪਤਾ ਤਾਂ ਕੱਢੋ ਹਾਂ ਕਿੱਥੇ ਹੀ ਮਲਕ ਹਾਕਮ ਉਹਨੇ ਕੋ ਬਸ ਬਸ ਇਹ ਤਾਂ ਕੀ ਬਿਆਨੀ ਹਾਕਮ ਮੇਰਾ ਭਰਾ ਹੈ ਮੇਰਾ ਫੋਨ ਹੈ ਆਪਣੇ ਚਾਚਾ ਸਿੰਘ ਕੋਲ ਗਏ ਉਹਨੇ ਵੀ ਲਾ ਕੇ ਦਾ ਉਸੇ ਤੇ ਉਹ ਹੁਣ ਖਿਦਮਤ ਕਰਦੇ ਵਿੱਚ ਸੀ ਇਹ ਕਿਹ ਥੇ ਮੇਰਾ ਪੁੱਤਰ ਬਸ ਮਲਕ ਸਾਹਿਬ ਫੇਰ ਸੀ ਗਈ ਹੈ ਤੁਹਾਡੇ ਆਖੇ ਦੇ ਉੱਤੇ ਮੇਰੇ ਪੁੱਤਰ ਚਾਚੇ ਕੋਲੋਂ ਮਾਫ਼ੀ ਮੰਗਣਗੇ ਤੇ ਤੁਹਾਡੇ ਵੀਰਾਂ ਨੇ ਮੇਰੇ ਪੁੱਤਰੇ ਦਾ ਇਹ ਹਾਲ ਕਰ ਦਿੱਤੇ ਅੰਮਾ ਸਾਡਾ ਇਹ ਹਾਲ ਚਾਚਾ ਸਹੀ ਨੇ ਕੀਤੇ ਅੰਮਾ ਅਸਾਂ ਤਾਂ ਮਾਫ਼ੀ ਮੰਗਣ ਗਿਆ ਸੀ ਬਸ ਬਸ ਇਹ ਜ਼ਰੂਰ ਕੋ ਤੇਰੀ ਹਰਕਤ ਹੋ ਸੇ ਮੇਰਾ ਵੀਰਾ ਇਹਦਾ ਖੂਨ ਹੈ ਮੇਰਾ ਜਿਗਰ ਹੈ ਕੋਈ ਮੈਂ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਇਹ ਚਲ ਚਲ ਬਜੋ ਬਾਬਾ ਸੀ ਤੁਸੀਂ ਕਿਆ ਦੇਖ ਰਹੇ ਹੋ ਅਸਾਂ ਨੂੰ ਹਿੰਦਰਾ ਦਾ ਤੁਹਾਡੇ ਹੁਕਮੇ ਤਾਮੀਲ ਕਰਾਂ ਗਿਆ ਸੀ ਜਦ ਲਿਆ ਸਾਡੇ ਚਾਚੇ ਸਿੰਘ ਨੇ ਆਪਣੇ ਪੁੱਤ ਮਲਕ ਸਿਕੰਦਰ ਕੋ ਲਾ ਦੇ ਸਾਡੇ ਤੇ ਵਹਿਸ਼ੀਆਂ ਨਾਲ ਤਸ਼ੱਦਦ ਕੀਤੇ ਨੇ ਸਾਰਾ ਦਿਨ ਗੀਤ ਗਾਉਂਦੇ ਉਹਨੇ ਮੇਰੇ ਪੁੱਤਰੇ ਦਾ ਕਿਆ ਹਾਲ ਕੀਤੇ ਤੁਸਾਂ ਦਾ ਆਪਣੇ ਵੀਰਾਂ ਦਾ ਸਭ ਨਾ ਹੀ ਕਹਿਣ ਕਿੰਨੇ ਤੇ ਉਹਨੇ ਤਾਂ ਤੁਹਾਡੇ ਨਾ
ਕੀਤਾ ਕਿਆ ਹੈ? ਬਾਬਾ ਸਿੰਘ ਕਿਉਂ ਜੀ ਨਾਰਾਜ਼ ਤੇ ਨਹੀਂ ਹੋਏ ਤੇ ਜੀ ਮੈਂ ਸੱਕਾ ਪੱਤਰੀ ਕਹਿੰਦਾ ਮੈਂ ਚਾਚਾ ਸਿੰਘ ਚਾਚਾ ਸਿੰਘ ਦੇ ਨਾਲ ਲਿਓ ਜੀ ਮਤਲਬ ਚਾਚੇ ਵਾਲਾ ਸਲੂਕ ਕਰਦਾ ਬਾਬਾ ਸਹੀ ਤੇਰੇ ਆਪਣੇ ਬਿਰਾਦ ਦੀ ਗੱਲ Are you all my personal dreams? ਸਾਨੂੰ ਮੈਂ ਕੁਝ ਕਹਿਣਾ ਬਸ ਮੇਰੀ ਤਬੀਅਤ ਖਰਾਬ ਹੈ ਮੈਨੂੰ ਦਿਖਾ ਮੈਂ ਆਪਣੀ ਜਾਨ ਤੇ ਕਰ ਦੇਸਾ ਸਾਨੂੰ ਇੱਕ ਵਾਰੀ ਆਖਰ ਤੇ ਨਾ ਕਿ ਮੇਰੀ ਤਬੀਅਤ ਖਰਾਬ ਹੈ ਪਲੀਜ਼ ਮੈਂ ਕੱਲਾ ਕਿਉਂ ਨਹੀਂ ਛੁੱਟਣ ਦਿੱਤੋ ਹਾਂ ਮੈਂ ਕੌਣ ਦੀ ਸਕਦੀ ਹਾਂ ਤੇ ਤਬੀਅਤ ਪੁੱਛਣ ਵਾਲੀ ਤੇ ਹੁਣ ਦੀ ਕੌਣ ਆ ਮੈਂ ਤੇ ਨਾਲ ਇਤਨਾ ਪਿਆਰ ਕਰਨੀ ਮੈਂ ਤੇਰੇ ਵਿੱਚ ਬਹੁਤ ਹੀ ਵਧੀਆ ਤੂੰ ਹੀ ਤੇਰੇ ਨਾਲ ਪਿਆਰ ਕਰਨਾ ਵੀ ਕਰਾਂ ਸਰਮਾ 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 ਇਹੋ ਜਿਹੀ ਗੱਲ ਕਹਿਣੀ ਜਿਵੇਂ ਤੂੰ ਸਮਝੋ ਜੀ ਮੈਂ ਤਾਂ ਬਸ ਬਾਬੇ ਸਿੰਘ ਦੀ ਯਾਦ ਤੋਂ ਪਰੇਸ਼ਾਨ ਹਾਂ ਬਾਬੇ ਸਿੰਘ ਨੇ ਕੱਲ੍ਹ ਸਾਡੇ ਚੰਗ ਨਾਲ ਸਲੂਕ ਨਹੀਂ ਕੀਤਾ ਉੱਚੀ ਗੱਲ ਰਹੀ ਸਹਿਮਤ ਤੇਰੀ ਜੇ ਰੱਖੋ ਤੂੰ ਹਲੇ ਤੇਰੇ ਕੋਲ ਮੈਂ ਕੋਈ ਉਮੀਦ ਕਹਿਣਾ ਹੈ ਤੂੰ ਕਿਆ ਸਮਝੀ ਸਿਰਫ ਪਿਆਰ ਤੂੰ ਕਰ ਨਹੀਂ ਮੇਰੇ ਨਾਲ ਮੈਂ ਵੀ ਤੇਰੇ ਕੋਲ ਪਿਆਰ ਕਰਨਾ ਇਤਨਾ ਪਿਆਰ ਕਰਨਾ ਜਿਸਾ ਤੂੰ ਮੇਰੇ ਨਾਲ ਕਰਨੀ ਤੇਰੇ ਕੋਲ ਆਪਣੇ ਬਗੈਰ ਇਵੇਂ ਮਹਿਸੂਸ ਕਰਨਾ ਜਿਵੇਂ ਮੇਰੇ ਅੰਦਰ ਕੋਈ ਸਾਹ ਤੱਕ ਨਾ ਰਿਹਾ ਹੋਵੇ ਸਰਮਾ ਸਰਮਾ ਆਈ ਲਵ ਯੂ ਸੁੱਚੀ ਸੁੱਚੀ ਆਈ ਲਵ ਯੂ ਸੋ ਇੱਕ ਤਾਂ ਤੂੰ ਮੇਰੇ ਕੋਲ ਭੋਲਾ ਭਾਲਾ ਜਿਹਾ ਮੱਥੇ ਲੱਗ ਗਏ ਅੱਛਾ ਬਾਬਾ ਗਲਤੀ ਠੀਕ ਹੈ ਮੇਰੇ ਕੋਲ ਹੋਰ ਤਾਂ ਮਾਫ਼ ਕਰ ਦੇ ਚਲੋ ਠੀਕ ਹੈ ਮਾਫ਼ ਕੀਤਾ ਲੇਕਿਨ ਨੈਕਸਟ ਟਾਈਮ ਨੋ ਅੱਛਾ ਬਾਬਾ ਤੇਰੀ ਕਸਮ ਬਸ ਕਿਹਨਾਂ ਕਰ ਸਕਦੀ ਚਲੋ ਠੀਕ
دعا کر اج میں جڑا فیصلہ کرا دیتا پیا اللہ پاک میں کو حق پہ سچ دا فیصلہ کرن دی توفیق عطا فرمائے وین تے ڈرائیور کو سادا کار کٹے کر دفعہ ایک فیصلہ میں بھی کرے ساتھ تے میری ایک گل یاد رکھی ملک بادشاہ ملک سکندر میرا پتر ہے اگر ان کو کچھ کیا تو بس تو جان دی کہ ملک حاکم کیا کچھ کر سکتے ملک حاکم جے تیرا پتر سکندر گناہگار ہے کوئی بھی شیطانی طاقت نہیں بچا سکتی نہیں بچا سکتی کیونکہ جڑا کچھ میں آدھا پیا سچ ہے ملک بادشاہ ہو سے تو برادری واسطے ملک سکندر واسطے کہنا تے میرے صبر دا امتحان نہ کہن اگر تو میرے حق وچ فیصلہ نہ کیتا تے ول کیا کیا کرے سو تو ملک بادشاہ بہار دا نائے ملک حاکم ملک بادشاہ نے جو بھی فیصلہ کیتے حق تے سچ تے فیصلہ کیتے اور میں سمجھی جمیلا جی صحیح بکواس کہنے میں اور بھی جائی تیرے جیور دا بھی کوئی فائدہ کری تو بھی بروان بروان بڑا بڑا ہم ملک بادشاہ غریب دا ہم تک اور ہی دھتی دے صرف ایک ہی بادشاہ حاکم بادشاہ آ لینا میکو قتل کرنے والا میرا سکا بھرا ہے تے میں تساں تو اے کو گواہ بڑا زیادہ پیا میرے بھرا کو کچھ نہ کیجو میں اپنے خون اپنے بھرا کو معاف کر دیتے جے تساں کو کچھ آکھیا تے قیامت روز میں تساں تو اے دیاں گرے بار پترے سا حیدر میرے نال ایک وعدہ کر جو میرے مرن تو بعد حق سچ دا ساتھ کہنا چھوڑے سے تے ملک بادشاہ دی کرسی تے اے میرا پتر حیدر باز سے تے علاقے دی کئی غریب کو تنگ نہ کری اے ملک بادشاہ دا حکم حیدر میرے مرن تو بعد اپنی ماں دا خیال رکھے سے تے اے میرے علی دی
ਪਾਰਤੇ ਇਹਦੀ ਜ਼ਿੰਦਗੀ ਵਿੱਚ ਕੋਈ ਦੁੱਖ ਨਾ ਦੇਵੀ। ਲਾ ਇਲਾਹ ਇਲਲਾ ਮੁਹੰਮਦ ਰਸੂਲ। ਬਾਬਾ ਜੀ, ਬਾਬਾ ਜੀ, ਬਾਬਾ ਜੀ ਤਾਂ ਕੁਝ ਕਹਿੰਦੇ ਸੀ ਬਾਬਾ ਜੀ, ਜਿਹੜਾ ਕੋ ਤੁਸਾਂ ਆਪਸੋਂ ਮੰਤੀ ਸੀ ਬਾਬਾ ਜੀ, ਮੈਂ ਤੁਹਾਡੇ ਹਰ ਹੁਕਮ ਵਿੱਚ ਤਾਮਿਲ ਕਰਦਾ ਸਾਂ। ਬਾਬਾ ਜੀ ਉੱਠੋ, ਬਾਬਾ ਜੀ, ਬਾਬਾ ਜੀ, ਬਾਬਾ ਜੀ, ਬਾਬਾ, ਬਾਬਾ ਜੀ, ਬਾਬਾ ਜੀ, ਬਾਬਾ ਜੀ। ਬਾਬਾ ਸਿੰਘ, ਜਿਵੇਂ ਆਪਾਂ ਮਲਕ ਬਾਦਸ਼ਾਹ ਦੇ ਉਹਦੇ ਘਰ ਵਾਲੀ ਕੋਈ ਕਤਲ ਕਰ ਦਿੱਤੇ, ਕਿਉਂ ਨਾ ਅਲੀ ਹੈਦਰ ਅਤੇ ਅਲੀ ਜ਼ੀਸ਼ਾਨ ਕੋਲ ਕਤਲ ਕਰ ਦਿੱਤੇ, ਉਹਨਾਂ ਦੀ ਸਾਰੀ ਜ਼ਮੀਨ ਜਾਇਦਾਦ ਬੈਂਕ ਆਪਣੇ ਕਬਜ਼ੇ ਕਰ ਲਿਆ, ਅਤੇ ਤੁਸਾਂ ਮਲਕ ਬਾਦਸ਼ਾਹ ਦੀ ਕੁਰਸੀ ਦਾ ਰਾਜ ਕਰੇ ਆਪਾਂ। ਸਿਕੰਦਰ, ਤੂੰ ਫਿਕਰ ਨਾ ਕਰ, ਮੈਂ ਹੀ ਸ਼ਰਾਬ ਕਬਾਬ ਅਤੇ ਜ਼ਮੀਨ ਅਤੇ ਜਾਇਦਾਦ ਦੀ ਖਾਤਰ ਆਪਣੀ ਮਾਂ ਅਤੇ ਪਿਓ ਨੂੰ ਵੀ ਕਤਲ ਕਰਾਂਗਾ। ਬਾਕੀ ਰਹੀ ਅਲੀ ਅਤੇ ਹੈਦਰ ਅਲੀ ਕਿਆ ਚੀਜ਼ ਹੈ, ਉਹ ਵੀ ਮਰ ਸਕਦੇ, ਪਰ ਆਪਣੇ ਵਕਤ ਹੁਣ ਤੂੰ ਬੰਦ ਆਰਾਮ ਕਰ, ਕਿਉਂ ਜੋ ਸਾਡੇ ਵੀ ਆਰਾਮ ਕਰਦਾ ਹੈ। ਠੀਕ ਹੈ ਬਾਬਾ ਸਿੰਘ। ਲਾਲਾ, ਤੁਸੀਂ ਅਲੀ ਕੋ ਕਿਉਂ ਮਰੇ ਦੇ ਪਏ ਵੇ? ਲਾਲਾ ਕਸੂਰ ਤੇ ਮਲਿਕ ਸਿਕੰਦਰ ਦਾ ਹੈ। ਪਤਾ ਹੀ ਹੈ ਕਸੂਰ ਮਲਿਕ ਸਿਕੰਦਰ ਦਾ, ਲੇਕਿਨ ਬਾਬੇ ਸਿੰਘ ਦਾ ਹੁਕਮ ਹੈ ਕਿ ਅਸਾਂ ਕਹਿਣਾ ਨਹੀਂ ਲੈਣਾ,
नहीं मिल सके ना। मैं तुहरे को हाथ बदेना थोड़ी मेहनत करें मेरे विराह को माफ कर दो सर, माफ कर दो मेरे विराह को। तेरे चेहरे से परेशानी क्या दी है? क्या थे रास्ते से दसे ना क्यों नहीं दस पूरा सच मिला ये हालत तौरे तकलीफ वाली निशान लगी थी क्या होती है जूला वो मलिक हाकिम से पुत्र को हाथ लावे मलिक साहब ये तो शुक्र है कि हैदर अली आ गए बचिए सब कुछ ही उजड़ गए मेरा प्यू कतल थी गए मेरी मां कतल थी गई ਉਹਦੇ ਬਗੈਰ ਮੇਰੇ ਦੁਨੀਆਂ ਤੇ ਹੈ ਹੀ ਕੌਣ ਜੇ ਤੂੰ ਸਭ ਕਤਲ ਕਰ ਦਿੱਤਾ ਤਾਂ ਮੈਂ ਹੀ ਮਰ ਵਿਸਾ ਚਾਚਾ ਸਹੀ ਅੱਲਾਹ ਵਾਸਤੇ ਮੇਰੇ ਫਿਰਾਬ ਕੁਝ ਨਾ ਕਹੇ ਜੇ ਮੇਰੇ ਫਿਰਾਬ ਕੋ ਕੁਝ ਠੀਕ ਗਿਆ ਚਾਚਾ ਜੀ ਮੈਂ ਮਰ ਵਿਸਾ ਮਰ ਵਿਸਾ ਅੱਛਾ ਮੇਰੇ ਫਿਰਾਬ ਕੋ ਕੁਝ ਨਾ ਕਹੂੰ ਤੇ ਤੂੰ ਮਰ ਵਿਸੇ ਤੇ ਮਰ 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 ਤੂੰ ਮਰ ਮਰ ਜਾ ਕਿਉਂ ਨਹੀਂ ਮਰ ਮਰ ਮੇਰੇ ਪੁੱਤ ਦੇ ਹੱਥ ਚ ਦਿੰਦਾ ਅਰੇ ਮੈਂ ਚਾਰ ਕਰ ਗਿਆ ਸਾ चल वन अपने भ्याल इंसान को आख दे के मलिक सिकंदर तेरी मौत का परवाना चाहते है हुणे ही आंदा पे चल तो फाटी मत चलो मैं तो आखिर तुम्हें
वापस ही नहीं पाके मेरे सर पे इतना मत कर मैं तो फोन पे मरना जरा मैं आप होते मैं एक्सीडेंट थे तो वाला एक्सीडेंट थे पल दिन कसम चाहने के लिए गाले अरे मेरी बात सुन तू मेरा छोटा गिरा के ले मेरे जीवन का सारा भी ठीक है जब तक कोई चीज है तब मैं मारो जा तुझे तेरे को देखते तो मैं जीना तेरी खुशी के बीच तो मेरी खुशी है जे मैं तेरे को मारे का तेरी लगते जीने जीने एक दुनिया मैं कौन बाप दी एक मिनट बस इन्हें महसूस करने जी मेरा सब कुछ जुड़ गया है अरे मैं तो वादा किया कि मेरा एक्सीडेंट थे तो एक्सीडेंट थे पर वाला वो अपने को नहीं निभा सकते वो अपने दुश्मन है दुश्मन है देखना है कि आखिर दिन कि मलिक हार के आपका चाचा है आपका दुश्मन कहने का तू नहीं मना तो मेरी बात तू चाहत क्या है तू आखिर मेरी गाल नामत क्या साबित करना चाहते हैं मेरे को पता है मैं थोड़ी लड़ाई का बदला जरूर भी इंसान लगा है बदला जरूर भी इंसान क्या बदला बदला जरूर भी इंसान जनत पैसे मेरे घाके में मेरे कुछ आती क्या नहीं मैंने उसी कुछ जाते नहीं किए तब तो तू काम का क्या चल रहा है तू क्या साबित करना चाहते हैं क्या मतलब कर तेरा तू ये लड़ी इन लड़ी करते करण क्या चाहती मैं तो साथ रहा अब ठीक है देखो समझ आ गई है इन सारे फसाद की जड़ मैं हूं मैं आज अपने आप गोली मारते खत्म कर दूंगा अली तू क्यों नहीं समझता देखो मेरी बात समझ नहीं आती अली मैं सबको जो कुछ भी करना चाहिए तेरी जिंदगी वास्ते करना चाहिए अली जब तेरे को फोन की गया तब मैं मर गया था मेरी गाल सुन मैं तुम जीने आया था एक बार मेरी गाल सुन तो सही ना बस तू सुन क्या कर रहे हो कि अपने के जोर में जोर जीना मुझे और तो चुप करने बर्दाश्त करने आया मैं अली मेरा भाई जी तो मैं आया था तू मैं था नाला की तरफ से 100 साल जिंदगी में शेर का है कि बेहतर है तू सुन क्या चाहते हो कि सारे तेरे इतने जोर जीना रहा मुझे और सब बर्दाश्त करने आया मैं उनका जवाब ना दे तुमने बाबा सही को बदल कर दिया असा असा वल भी चुप रही है तुमने अम्मा सहन को बदल कर दिया असा वल भी चुप रही है लाला जी उन्होंने उन्होंने मेरी मंगेतर ते हम चाहता तुसा वल भी लड़न तुम्हें को रोक दिता असा वल भी चुप रही है ते हुण हुण मेरे सफर दी इंतहा थी गई है ते हुण मैं उन्हां दी नसल ही खत्म कर देसा ये शरीफ लोग का किराना ने मेरी गाल सुन वापस नहीं इन्हें हद तक दर्ज रैफर ना देखना चाहता है बाबा जी ने कहा भी कि तू पढ़ लिख तो बड़े अफसर बन जिले हद तक तू रैफर चेकने इन्हें हद तक दर्ज बाबा जी ने कलम लिखा बेटा बाबा जी ने तो पढ़ा नहीं पाते तू बड़े अफसर बनना चाहता है तो तू तू रैफर चाहती शरीफ लोगों का एक गाना नहीं असल मलिक बादशाह की औलाद है ओ मलिक बादशाह जेड़ा फैसला करना है सिर्फ लग लग रसूल सामने रखे है जेड़ा आज तक कहीं देखो झिका नहीं दिया अरे बैठ ठीक
बाबे जी का आवे के तू पाले तो बहुत अच्छा बन जाए जी हां देखो मैं आता हूं अली तू तो बड़े सारा तू तो पाले के तो बहुत अच्छा बन जाए तू मुझे ले वापस ले तेरे को बहुत अच्छा बन जाए दादा मैं प्रदेश कह रहा वैसा कहना वैसा मैं नहीं दासा अपने प्यो मां के कत्ल का बदला तो तेरी बेइज्जती का बदला दिन सा अली अली मेरा भाई मेरी बात सुन तू तो बेस सलाह है तू बाबा सिंह की का बड़ा थ्रोड से देखो अम्मा पे बाबा सिंह की कसम है तू भी निकाल मान के क्या ना वहां क्या ना अली एक मिनट से की कसम है जे तक निकाल ना मनी तब आपको मेरा मरे हम मुंह रखे ना 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 ये ना आता है मेरा मेरा कौन है तेरे को है दादा जी मैं तुम्हारी मर्जी मैं उन्हें करे सा मैं परदेश बेसा दादा सच ले तू परदेश बेसा मैं बेसा अली मेरे को तेरे बड़ी यही उम्मीद है अली तू बे मैं तेरे वास्ते उन्हें होना तूने उन्हें टिकट का इंतजाम करते हैं ठीक है ना तू बे ते तू तो हाल ही ना मैं उन्हें टिकट देने तेरे को आता है पाकिस्तान छोड़ देवे दबे पर कितना सुना है तो मैं कोई पता नहीं पर शायद मैं उतर ही वापस अली आज तू ये होजी गाली क्यों करेंदा भाई तू पाकिस्तान छोड़ते चला वैसे मैं कुछ छोड़ते वैसे वो मेरे नाल जीवन मरण दे वादे वो सारे कूड़न अली अली तेरे बगैर मर वैसा अली आप चाहे सारा कूड़ है अली सुना ये सब सच है मैं अपने भाई नाल वादा कर चुका हूं कि मैं पाकिस्तान छोड़ते चला वैसा और हां अगर मैं पाकिस्तान वापस आया तो मेरा वादा है तेरे नाल कि मैं शादी तेरे नाल करी सा अली इडू तू मैं को वादा पे कि मैं तेरे नाल प्यार करेंदा ते शादी भी मेरे नाल करे सी अली प्लीज अली ना मन तू अली तू मैं को छोड़ के चला गया केवल मेरा क्या थी सी अली ठीक है अली जे तू वेंदा पिए ते मैं को भी नाल गे दीजो प्लीज अली मैं को नाल गे दीजो लाली सना मेरे बगैर ही मुल्क रहन दी आदत पा गए क्यों जो मेरे भाई ने मेरी टिकट ओके करा दी थी ठीक है सना अपना ख्याल रखी अल्लाह जान मेरा भाई बाबे सिंह का खाब आ के देखो पढ़ा लिखा तो बहुत बड़ा अफसर देखना चाहते हैं बाबा सिंह तो चलो दुनिया चला रही है पर क्या थी गया मैं ना तेरा बाबा मैं हाँ देखो पढ़ा लिखा तो बाबे सिंह का खाब पूरा कर लें और हाँ परेशान नहीं थी होना अली शान बेटा अगर तू अपना चेहरा इवें रखे से अली अली किशन मेरा भाई अगर तू यहीं परेशानी नाल पाकिस्तान तो बाहर गया तो तेरा भी अली है तो जिंदे जी मारने से क्या तू चाहती कि तेरा भाई इवें घुड़ घुड़ तो मार वजे एक मैं जो कुछ ही करना चाह तेरे भले की खातिर करना पा तू पाकिस्तान तो बाहर रहना पे पढ़ लिख तो बहुत बड़े अफसर बनना है और बिया तो बिया चलना तू पाकिस्तान वाल से ना बहुत बड़े अफसर बढ़ते मैं बड़ा खुश थी सा
کہ یہ بابے سے خواب پورا تھی رسی نا پر لالا میری سنا اوہو سنا بابے جا میں کیا لکھے سنا اچھا کون موڈ سیدھا کر اچھا بابا تینوں نے وعدہ لیا جرا تو پارلے ملک تو افسر بھارتی ہم سے نا تیری تے سنا بابے دی شادی کر سا پر زور شور دے نال ہور تو خوشی نا تو شاباش میرا بڑا اور ہاں ایک گل بھائی اے تو تب ہے میں لیا کر پوینا پیا تیرے کتے کو سونا جا گفٹ کے نوں گا ٹھیک ہے میرا بھائی شاباش ابا سائیں آج میں علی ذیشان کو مارتے ہی چھڑے ساں کیوں جو میری بھرے بازار دے وچ بیزتی کیتی تے میں وی کو بھرے بازار وچ مارے دیوال وچ مارو کو میں دیکھتا جو کون روک سکدے ملک حاکم دا اے پت روے ملک حاکم دا تے ہو کوئی ہتھ لاوے اے کیویں دی سکدے لیاقت پور اسٹیشن تے چھوڑن وینا پیا دشمن ہوئے میرا تے میں کنو بچ تے چلا ونجے اے تھی نہیں سکدا نندر آج ہی پتہ لگ سے جے تو میرا پتر ہیں تبل بن حکم بن تے اے ہوں اسٹیشن دے اوتے قتل کر اون دی لاش تے ٹکڑے کر تے ریلوے تے سٹا بن ٹھیک ہے بابا سائیں اج تو کو پتہ چل ویسے آو میں نال
दादा 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 अली अली दिशान मेरा भाई तो कुछ कर दीजिए मैं तो बड़े बड़े अस्पताल गया था उठी उठी अली अली जल्दी दिखा मेरा भाई अज मैं कह नहीं लड़िया तेरे नाल कीता वादा मैं पूरा कितने मिला ला मैं नहीं लड़िया वादा करता ना तू मेरा सुना का बदला जरूर गिन से ना अगर अगर तू सारा बदला ना गिदा लोग 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 एक किसन के मेरे बादशाह का पुत्र डर भोगे ना अली ना अली अली मैं तेरा वादा करना तेरा हैदर भी तेरा वादा करने कि मैं तेरा तो सना भाजी था जरूर पता लगेगा पर तेरे कुछ करते हो ना उठी मैं देखूं बड़े अस्पताल के लिए था पाकिस्तान तो बाहर करना बजे था जो तू आपसे मैं करता मैं आप भी जो तू ही कटे थे अपने आपा अम्मा तक कत्ल का पता लगे सू एक मैं आता पिया अज तक मैं तक आगे मैंने नहीं लेना अली अली उठी अली अली मेरा भाई बोल कोई तो बोल अली मलिक हाकिम मैं मेरे को आज यतीम कर दी लावारस कर दी तैं मेरे प्यो तो मां को मारते जो मेरे नुकसान किया होता किया या ये हैदर अली ने अपने प्यो के हुक्म के मुताबिक आज तक सबेरी किते तो आज तैं मेरे को मेरी जान को अलग कर दी मेरी आखिरी निशानी मेरा भाई अली जिशान तैं कत्ल करते अपनी मौत को वादी दिए और मौत को आज तक मलिक बादशाह की औलाद को तय सबर करना रिठे आज हैदर अली को बदमाश ने रूप आ रख रहे मलिक हाकिम मैं तेरी मौत तक परवाना चाहते तेरे को ना दा पिया मलिक हाकिम बाबा सही तू एक हुक्म तो करो मैं हैदर अली मक्खी की कार मसल से रख देवा ना पुत्र ना वक्त का इंतजार कर वक्त आवन से हैदर अली को भी मरना पड़ सकता है
بابا سائیں اج تا ملک بادشاہ دی بربادی دی خوشی اچ جشن ہونا چاہیے. نا پتر نا جشن تا ضرور تھی سے وہ بھی حیدر علی کو قتل کرن دے بعد ملک بادشاہ دی قبر تے بڑا ادا نماز پڑھو روزے رکھو تے شرافت پاؤ بچ گئی ہوتی شرافت. شریف بدماش جی نے سو دے باری ہوں سامنے تیرے پتر کو میں گولی مار سا اور تم میرے پورے خاندان کو قتل کر دے اور تم میرے صبر دے امتحان کی دے تو آج میں تیرے نال نال تیرے پتر کو ہی قتل کر سا. کہا حیدر ایک تو بھی تا میرا پتر ہی نا یہی کو نہ مار اینا ماری گئے ملک حاکم اتنا جلدی اتنا جلدی معافی منگل پہ گئی نہ ملک حاکم نہ تو کہیں دا کیوں نہیں تے نہ ہی کہیں دا چاچا بران دا قابل ہی اور تو کسے ہی چاچا ہی کسے ہی چاچا ہی تے کو مجھے آڈے کہیں دا بڑے شوق ہے نا تے وہ نچ یہ تو نہ نچو تو میں تیرے پتر کو گولی مارے تھا اپنے آپ کو قانون دے والے کر رہے بندوق میں بڑے دے well done well done مل جب تو سن تقریر کی دے بھی کام دی میں کو حکم کرو یار میں اسے اپنا ہاں ناسی نا ایسا جو سر پیاسا ہمیشہ پانی کے لیں تو مجھے یہ تھانے خود چل دیتے وہ مہربانی سے ملک حکم تو مدعی بہت ہے تو پہلے میرا یار ہے یار اگین سگریٹ پی رمضان بھائی یہ واقعی ٹھیک ہے کہ تو ایسے چو نہیں میرا بھرا ہے تیری ہی جیل دے وچ ایک ملزم حیدر علی راہ ہے چاہے میرے فرشتے دے ملا تے معصوم بھتریجے کو قتل کر رہے تھے وہ ہن جائیداد کا کلا وارث بنا کے میرا تے میرے پتر دا وی جان دشمن بن گئے جائیداد نے ہن اندھا کر دیا اندھا اگر باپو یقین نہ ہوندا پوچھ کے لینے کرو کیوں چلے ایسے جو صاحب میں ہی اپنے گناہگار کھنا ڈٹم سائیں حیدر نے اپنے پیو تے برا کو خود گونے مارے سائیں سنے لے ٹھیک آ رہے مگر میں مجبور ہاں
मैं क्या करूं? उस तो बड़ी सख्ती थी हुई है, असा असल गिरफ्तारी वाले मुजर को मार नहीं सकते। ना ना सही, उस उत्तर की फिक्र ही ना करो, उन्हें नल मैं आप गाल कर सा छोटा जहा चेक के तुम्हारे वास्ते तोहफा समझते रख गिनो। ओहो नहीं इस कहड़ी गल, गिनो गिनो बाकी पैसे तुझे अकाउंट में पहुंच गए सर। बस एक बार कोई फैसला ला दे मेरे अखी के सामने, उनको इतना मारो कि मेरे कलेजे च ठंड पै गए। बस ठीक है मलिक साहब, मेरे बिना आए मोहम्मद हसन। यस सर। ए हैदर अली को क्या है? जी सर। अगर हैदर अली जी तो बाहर आ गया और तेरे नाल तेरी नस्ल खत्म कर समय छोड़ी बात करता है। मैं तो वाकया हूं ना, एक पुत्र मेरे पुत्र को मार दे एक कला जायदाद का वारिस बनना चाहते हैं दादा, इतनी ही गोली मार बस। मैंने साहब सब परेशान ना थी, मैं इधर मुकदमे च यह जैसे खेले सा कि सारी जिंदगी जेल सर सर दे मरवे से जे तू बाहर मेरी लाश निकल से। मैंने कहा कि सुन मुत्रा पर जितना बार तू बर्दाश्त कर सके। थानेदार साहब जिंदगी ते मौत का मालिक ओ काली कमली वाला है, जब तक मेरे पुत्र मेरा रब न मारे तुसा मेरा कुछ भी नहीं कर सकते। मोहम्मद हसन। यस सर। जानवर दान मैं एक दसा कि ऐसा जनाब जा क्यों कहती है? यस सर। हूँ मैं देखा कि कौन बचे हैं। ऐसा तो सामने बुलाने तेरी जरूरत क्यों रही है? इतनी काफी देर आते हैं। जेल च मरवा लो, इन ना हो हैदर अली जेल तो बाहर आते आप कोई मार दे। तू पुत्र फिक्र ना कर, थानेदार बाजू का पक्का बंदा है, वो आके जो बाकी जिंदगी हैदर अली जेल च गुजर सी। तो देखो मेरे हो तो ज्यादा फिक्र है, तू परेशान ना थी। बाबा ये पुत्र हैदर अली के अखी दे अपने खानदान की मौत नजर आई थी। तो तुम सुने गा ना बाबा सिंह जो हैदर अली ने आख्या कि शरीफ जरा बदमाश पड़ते तो वह सौ तो भारी बंदे। तो बाबा सिंह कदे दुश्मन को कमजोर ना समझा करो। एक इन पते देगा पर जीते
میں کل ہی واسطے ڈی ایس پی کو بھیجتا ہوں والا حیدر علی دے کھانے زہر ملا رہے ان کو کھوا رہے وہ آپ ہی والے سی جیل ہمیشہ مردے واسطے ہوتی ہے کہ تم ایک عورت ہے عورت لوگ کیا آپشن کیا آپشن لوگ کے ایک عورت ملک حیدر علی کو ملن گئی لوگ 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 کیا آپشن لوگ یہاں پر آپشن ایک منگیتر منگیتر کو ملن گئی ہے کیا آپشن کیا لوگ حیدر علی ایک پتہ ہے اگر عورت اپنی آئیتے آوے نا کیا نہیں کر سکتی تیری ہی بیجا شوفت دی وجہ تو تیری ہی زید دی وجہ تو تیرا ماں پیو تیرے شریف بھرا مارا گیا تیری ہی شرافت دی وجہ تو ملک حاکم کتنا غریب لوگ کی تھی عزت نہ چھتا پہ انہیں تو ہاتھ کھا دی ہوئے سیما ٹھیک آدھے پہ تو میری شرافت دی وجہ تو میری شرافت دی وجہ تو میرے فرشتے جا بابا سے تو میری جنت جنت میری ماں بے گناہ مارے گئی تو میرا معصوم بیٹا جی کو میں اپنی جان تو پیارا سمجھتا ہوں جی کو ٹھیک دے وچ میں سو دفعہ بھائی جان آدا ہوں تو وہ ہر وقت میرے کو ہر وقت تے کچھ بھائی جان کے اندر رہن دے پر میں کہنا تھا کیا کرا کیا کرا میں میرے چاچے مرے پھکے میں بے گناہ میں کو اپنے پیو مات بھرا دے قتل چیل پچاڑ دے تے وہ دس میں کو کہ میں ہی حالت کیا کرا شرافت نہ پکڑا تے کیا بدماش پڑھو نا یہ چیل تروڑ رہا ہوں میں جان او ہنے تیرے اپنے ماں پیو بھرا میں دے قتل دے بدلا دن لے جڑا کہ تو نہیں کتا پیا سیما تو کیا چاہتے میں شرافت چھوڑ رہا ہوں تے بدماش پڑھو نا تے تروڑ رہا ہوں چیل تے قانون کو آپ پہ ہاتھیں گن گنا میری شرافت کو اچھی نہیں لگی شرافت 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 دھنگی میں شراف دے الفاظ کنو شانے سچا دے ضرورت تو ود کے ہرگز نہ کرے عہد وفا کہ این بے جا شرافت نال بڑا نقصان تھی دے سیما تو سچا دے بھی میری ہی بے جا شرافت دی وجہ تو بچ ملک ہاں کتے ملک سکندر میرے بابے دی کسی تے بیعتے اپنے آپ کو ملک بادشاہ سمجھ دے ملک بادشاہ پر میں کرا تھا کیا کرا کیا کرا میں ہی سچے دے سراغ دے پچھو آن آخر میں باہر نکل سا تو کچھ کرسا نا حیدر علی تو فکر نہ کر میں ہاں نا سیما بندوبست کرے سی تے کوئی صلاح کی تو باہر نکل رہا میں کوشش کرے سا میں تیری کوئی جلد رہی ہی کروا گی سا تو فکر نہ کر تو حوصلہ کر ایک دفعہ اچھا حیدر علی میں رہی ہوں تے میں بندوبست کریں گے ٹھیک ہے ٹھیک ہے جی تیری مرضی ٹھیک ہے سیما تو حیدر علی دی ضمانت کا پروانہ گنا ہے ملک حیدر ملک
حاکم تے ملک سکندر دی مار تک پرواہ نہ کیتے تو ویسے ملک حاکم تے ملک سکندر دی مار تک پرواہ نہ مطلب اپنا پیو ماں قتل کیا لیکن حیدر علی کا بہت شریف اور معصوم ایسا کیوں کیا کیا وجہ وجہ ہے اس زمین اے رقبے سب کچھ یہ ہوتا ہے سی یہ قتل کر تو نہیں سمجھ سکتے یہ جڑا حیدر ہے نا سی حیدر یہ میرے کو بھی تے میرے پتر کو بھی مارتے ہوں گلا جہداد دا وارث بننا چاہتے تے میں ہوں تیرے سامنے ملزم حیدر علی کو سڑ گیا کھیر کا کھیر پانی کا پانی تھی نہ سنا تو سو ہم کو گولی مار لو تو سر جو کھی سو میں تک دے سا ہاں کیونکہ میرے کو ڈرا دا صدمہ نہیں برداشت نہ پیا اگر تا حیدر علی قصور بار ہوا سزا ضرور ملسی اگر وہ بے گناہ ثابت ہے نا تو نہ کوئی بھی کچھ نہیں کر سکتا سمجھے اور ہاں کہنے والے میری کل کھول کے گل سنوان اصل قاتل تک میں پوچھتے رہ سکتا کوئی بہولی سازش اپنی زبان کا پکا ہے میں اپنے وعدے کے مطابق باقی رقم تھوڑے پاؤں نے گزاری ملک صاحب کیا ضرورت ہے میرا بھرا ہے رمضان بھائی میرا ایک کام دیا بھی ہے کہوں جی میں تھاپ ہوں وہ منگی رقم دے سکتا ملک صاحب حکم کرو رمضان بھائی کل تسا حیدر علی کو جیل منتقل کرے سا تے میں چاہتا ہوں کہ تسا اس کو رستے جی جیل کی پولیس مقابلے مار تے افراد کو دس دے رہے کہ حیدر علی بجدا کیا کہ تسا کو مار دے بس میں کھا گیا تو غلط دروازہ استعمال کیتے میں چھوٹے موٹے مقدمے کیسے ضرور گھندا اور یہ مطلب یہ کہ نہیں کہ میں کہیں بھی مجرم ہوں جیلی پولیس مقابلے کروا رہا ہوں تو آپ کو پتا ہونا چاہیے کہ ضلع ہنجا تھان کی پولیس کہیں بھی ٹکٹ یا بدماش کو جیلی پولیس مقابلے نہیں ملتی سرکار سب جی ناراض ہو نہیں تو حکم کرو میرے کو ہی کام واسطے کہڑے کہڑے افسر کو پیسے لے بس یہ تو پہلے کہتے کہ میں تھانے کی حوالے بند کر دوں تمہیں سمجھی ہوں
ਮੇਰੀ ਸਮਝ ਤੋਂ ਬਾਹਰ ਹੈ। ਥਾਣਦਾਰ ਸਾਹਿਬ, ਇਹ ਅਦਾਲਤ ਦਾ ਆਰਡਰ ਹੈ, ਪੜ੍ਹ ਕੇ ਲੋ। ਅਗਰ ਤੁਹਾਨੂੰ ਕੋਈ ਸ਼ੱਕ ਹੈ, ਇਹਦੇ ਚ ਮੈਂ ਤਾਂ ਕੁਝ ਕਹਿ ਨਹੀਂ ਲਿਖਾ। ਮੁਹੰਮਦ ਹੁਸੈਨ ਜੀ ਸਰ, ਹੈਦਰ ਅਲੀ ਕੋ ਮੇਰੇ ਕੋਲ ਲਿਆਓ। ਠੀਕ ਹੈ ਸਰ। ਹੈਦਰ ਅਲੀ, ਦੇਖੋ ਹੀ ਅਦਾਲਤ ਨੇ ਤਾਂ ਜ਼ਮਾਨਤ ਦੇ ਛੋੜੀ ਹੈ, ਮਗਰ ਯਾਦ ਰੱਖ ਕਿ ਇੱਕ ਬਈ ਵੀ ਅਦਾਲਤ ਹੈ ਜਿਹੜੀ ਖੁਦਾ ਦੀ ਅਦਾਲਤ ਹੈ। ਤੂੰ ਇਹ ਅਦਾਲਤ ਵਿੱਚ ਬਚ ਵਸੇ, ਮਗਰ ਉੱਥੋਂ ਕਹਿਣਾ ਬਚ ਸਕਦੇ, ਕਿਉਂਕਿ ਤੂੰ ਆਪਣੇ ਮਾਂ ਪਿਓ ਦੇ ਇਲਾਵਾ ਆਪਣੇ ਭਰਾ ਦਾ ਵੀ ਕਤਲ ਕੀਤੀ। ਥਾਣਦਾਰ ਸਾਹਿਬ, ਤੂੰ ਸਾਡੇ ਮੂੰਹ ਤੋਂ ਇਹ ਪਾ ਚੰਗੀ ਲਿੱਤੇ ਤੇ। ਥਾਣਦਾਰ ਸਾਹਿਬ, ਮੇਰਾ ਪਿਓ ਮੇਰੇ ਵਾਸਤੇ ਜੰਨਤ ਦਾ ਦਰਵਾਜ਼ਾ ਹੈ, ਤੇ ਮੇਰੀ ਮਾਂ ਮੇਰੇ ਵਾਸਤੇ ਜੰਨਤ ਹੈ, ਤੇ ਮੇਰਾ ਮਾਸੂਮ ਵਿਆਹ ਮੇਰੇ ਜਿਸਮ ਤੇ ਮੇਰੀ ਜਾਨ ਹੈ। ਕੋਈ ਵੀ ਮੁਸਲਮਾਨ ਇਨਸਾਨ ਆਪਣੀ ਜੰਨਤ ਦੇ ਦਰਵਾਜ਼ੇ ਜਾਂ ਆਪਣੀ ਜੰਨਤ ਜਾਂ ਆਪਣੀ ਜਾਨ ਨਾਲ ਜ਼ੁਲਮ ਨਹੀਂ ਕਰ ਸਕਦਾ। ਤੇ ਵਾਲੇ ਇਹ ਸਾਰੇ ਕਤਲ ਕਹਿ ਕੀਤੇ ਨੇ? ਥਾਣਦਾਰ ਸਾਹਿਬ, ਇਹ ਤਾਂ ਆਪਕੋ ਬਹੁਤ ਜਲਦ ਪਤਾ ਲੱਗ ਵੈਸੇ ਜੋ ਇਹ ਕਤਲ ਕਹਿ ਕੀਤੇ ਨੇ। ਆ ਸਹਿਮਾ, ਇਹਦਾ ਮਤਲਬ ਇਹ ਹੈ ਕਿ ਕਤਲ ਹੈਦਰ ਅਲੀ ਨਹੀਂ ਕੀਤੇ। ਕੋਈ ਗੱਲ ਨਹੀਂ, ਤਾਰਿਕ ਸਾਹਿਬ, ਤੁਸੀਂ ਸੀਨੀਅਰ ਹੈੱਡ ਕਾਂਸਟੇਬਲ, ਮੈਂ ਹੈਦਰ ਅਲੀ ਦੇ ਮਾਮਲੇ ਬੜਾ ਪਰੇਸ਼ਾਨ। ਮੈਂ ਤੁਸੀਂ ਇਹ ਦੱਸੋ ਕਿ ਕਿਆ ਵਾਕਈ ਹੈਦਰ ਅਲੀ ਕਤਲ ਕੀਤੇ ਨੇ ਜਾਂ ਕਹਿਣ? ਅਜੇ ਤੁਹਾਡੀ ਮਿਹਰਬਾਨੀ ਜੋ ਤੁਸੀਂ ਮੈਂ ਇਹਨੂੰ ਪੁੱਛ ਗਿਆ ਹੈ, ਇੱਕ ਸੀਨੀਅਰ ਹੈੱਡ ਕਾਂਸਟੇਬਲ ਹੋਣ ਦੇ ਨਾਤੇ ਆਪਣੇ ਤਜਰਬੇ ਦੇ ਰੂਹ ਨਾਲ ਮੈਨੂੰ ਨਹੀਂ ਲੱਗਦਾ ਜੋ ਹੈਦਰ ਅਲੀ ਨੇ ਕਤਲ ਕੀਤਾ ਹੋਣਾ। ਖੂਨ ਦੇ ਚਿਹਰੇ ਦੀ ਮਾਸੂਮੀਅਤ ਦਾ ਅੰਦਾਜ਼ ਬਿਲਕੁਲ ਹੀ ਗਾਂਧੀ ਨਹੀਂ ਗਵਾਈ ਦਿੰਦਾ ਕਿ ਉਹ ਕਾਤਲ ਹੈ। ਤਾਰਿਕ ਸਾਹਿਬ, ਸ਼ਾਇਦ ਤੁਸੀਂ ਸੱਚ ਆਦ ਪਏ, ਪਰ ਲੱਗਦਾ ਨਹੀਂ, ਕਿਉਂਕਿ ਮਲਿਕ ਹਾਕਮ ਇਹ ਇਲਾਕੇ ਦਾ ਵਡੇਰਾ ਹੈ, ਮੇਰਾ ਅੱਛਾ ਦੋਸਤ ਹੈ, ਮੇਰੇ ਕੋਲ ਅੱਛੇ ਤਰੀਕੇ ਨਾਲ ਜਾਣਦਾ। ਮੇਰੇ ਕੋਲ ਨਹੀਂ ਲੱਗਦਾ ਕਿ ਉਹ ਕੋਈ ਇਹੋ ਜਿਹਾ ਕਦਮ ਚਾਹ ਸਕਦਾ। ਸਰ ਜੀ, ਮਾਜ਼ਰਤ ਨਾਲ ਅਖੇ ਸਾਂ, ਮਲਿਕ ਹਾਕਮ ਇੱਕ ਸ਼ਰਾਬੀ ਅਯਾਸ਼ ਤੇ ਇੰਤਹਾਈ ਸ਼ਰਾਰਤੀ ਕਿਸਮ ਦਾ ਇਨਸਾਨ ਹੈ। ਤੁਹਾਡਾ ਦੋਸਤ ਉਹ ਜ਼ਰੂਰ ਹੈ, ਮਗਰ ਹੁਣ ਕੋਈ ਅੱਛਾਈ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਸਰ ਜੀ, ਇਹ ਵੀ ਥੀ ਸਕਦੇ ਕਿ ਮਲਿਕ ਹਾਕਮ ਨੇ ਕਤਲ ਖੁਦ ਕੀਤੇ ਹੋਏ ਅਤੇ ਜਦਾ ਦੀ ਲਾਲਚ ਵਿੱਚ ਫਸਾਏ ਆਪਣੇ ਭਤੀਜੇ ਕੋਲ। ਅਗਰ ਹੈਦਰ ਅਲੀ ਕੋਲ ਸਜ਼ਾ ਮੌਤ ਹੀ ਵੀ ਨਹੀਂ ਮੁਕਦਮੇ 'ਚ, ਤਾਂ ਵੱਲੋਂ ਸਾਰੀ ਜਦਾ ਦਾ ਕਲਾਮਾ ਲੈ ਗਿਆ। ਮੇਰੇ ਕੋਲ ਤੁਹਾਡੀ ਗੱਲ ਨਾਲ ਇਤਫਾਕ ਕਰਨਾ ਪਸੇ, ਅਤੇ ਹੁਣ ਤਫਤੀਸ਼ ਦਾ ਦਾਇਰਾ ਵਧਾਉਣਾ ਪੋਸੇ ਅਤੇ ਤੇਜ਼ ਕਰਨਾ ਪੋਸੇ, ਅਤੇ ਮਲਿਕ ਹਾਕਮ ਨੂੰ ਉਹਨੂੰ ਅੰਜਾਮ ਤੱਕ ਪਜਾਉਣਾ ਪੋਸੇ। ਅੱਛਾ ਹੈਦਰ, ਨੀ ਜਾਨ ਤੂੰ ਰੈਸਟ ਕਰ, ਮੈਂ ਤੇ ਖਾਣੇ ਦਾ ਬੰਦੋਬਸਤ ਕਰ ਦਿੰਦਾ। ਸਮਾ, ਜਦ ਤੱਕ ਮੈਂ ਆਪਣੇ ਪਿਓ ਤੇ ਮਾਂ ਤੇ ਜਿਹੜਾ ਕਤਲ ਦਾ ਬਦਲਾ ਨਾ ਖਰੀਦਾ, ਮੇਰੇ ਉੱਤੇ ਖਾਣ ਪੀਣ ਹਰਾਮ ਹੈ, ਹਰਾਮ। ਖਾਣ ਪੀਣ ਨਾ ਨਾ ਖੇ ਮੇਰੇ ਕੋਲ। ਹੈਦਰ,
دشمنی ملک حاکم تے ملک سکندر نال جی نہیں دشمنی کھانے نال تے نہیں حیدر ویسے بھی آپا کل ڈپیو کول ویسوں تیرے پیو بھرا تے ماں تے اصل قاتل تے پر چکر آواں سما تو کیا اپنی جے کو پتہ ہے گھر میں سر ڈپیو سائیکل وانتے یو شور شرابا کرن کہ میرے چاچے نے میرے سوت میں میرا خاندان مارتے تے صرف پرچہ کرالا ملک سکندر تے ملک حاکم پولیس کو پیسے دے دے بے گناہ کی وجہ تے میں اس ایف آئی آر کو دیکھتا رہا وجہ نہ نہ میرے کو تیری گال چنگی کہنے لگتی بھائی حیدر علی بس میں اپنے پیو ماں تے میرا دا قتل دا بدلہ خود گنسا خود حیدر علی ہوش کر ہوش کچھ کم جوش نہ نہیں ہوش نہ کی میں نے آپا ایک جگہ کو بندے کہ ادھر ٹھیک سارے بندے آپ نے انہیں مقابلہ کرا کہنے دی سی با با اگر ایک آرہ ہوتی نا اور تاری حد کے گی نا تو جو رب کینڈیڈیٹ کر دی سیاونے سچ آدل کہ اور صرف مرد ہاں سو اپنے ہو سکتی ہے ہوں دا ہاں سانی بات سکتی نہیں بات سکتی کی نہیں کاروی کن بول سنگل کن بول سنگل جب تک میں اپنے خان دان دے قتل کا بدلہ نہ گندی نا میرے پچھو نامی نامی میرے پچھو حیدر علی ان کا والد سو میں کیا کرتا वे चंगे बंदे नहीं लड़े से माही ते होवण लज पालो चंगे बंदे नहीं लड़े दे माही ते होवण लज पालो किसे कुल नहीं देरी दे यारी तोड़े निभेंदे हर हालो किसे कुल नहीं देरी दे यारी तोड़े निभेंदे हर हालो चंगे बंदे नहीं लड़े दे।
ਰਜ਼ਾ। ਜੀ ਸਾਈਂ। ਤੂੰ ਵੀ ਸਰਦਾਰ ਸਾਹਿਬ, ਮੇਰੀ ਕਿਆ ਮਜਾਲ ਹੈ ਕਿ ਮੈਂ ਤੁਹਾਡੇ ਸਾਹਮਣੇ ਸ਼ਰਾਬ ਪੀਵਾਂ? ਸ਼ਾਬਾਸ਼, ਤੂੰ ਤੂੰ ਨਮਕ ਹਰਾਮ ਹੈ, ਬਸ ਜੋ ਉਹ ਨਮਕ ਹਰਾਮ ਹੈ। ਸਮਝਿਆ? ਜੀ ਸਾਈਂ। ਜੇ ਕੋ ਮੈਂ ਐਸਾ ਚੋ ਬਣਾ ਸਕਦਾ ਤਾਂ ਉਹ ਕੋ ਮੈਂ ਲਹਾ ਵੀ ਸਕਦਾ, ਤੋ ਇੱਕ ਮਮੂਰ ਇੱਜ਼ਤ ਸਿਪਾਹੀ ਬਣ ਰਹੇ ਸੀ। ਸਿਕੰਦਰ ਕਿਹੜਾ ਮਰ ਗਈ ਲਿਆ? ਸ਼ਰਾਬ ਪੀਂਦੇ ਬਣੋ? ਸਾਰੀ ਕਾਵਟ ਸ਼ਰਾਬ ਤੇ ਹੀ ਕੱਢੇ ਸੋ, ਆਖਿਰ ਆ ਗਏ ਨਾ ਹੈਦਰ ਅਲੀ ਬਾਹਰ ਪਿਆ ਤੂੰ ਆਦਮ ਨਾ ਉਹਦਾ ਸਖਤੀ ਬੰਦੋਬਸਤ ਕਰੋ, ਹੁਣ ਮਾਰਦੇ ਛੁੜੋ। ਬਸ ਬਸ, ਪਿਓ ਬਣਨ ਦੀ ਕੋਸ਼ਿਸ਼ ਨਾ ਕਰ, ਤੂੰ ਮੇਰਾ ਪੁੱਤ ਨਹੀਂ ਤੇ ਪੁੱਤ ਹੀ ਬਣਦੇ ਰਹਿ, ਅੱਗੇ ਵੀ ਮੈਂ ਪਰੇਸ਼ਾਨ ਆ ਐਸੋ ਜੋ ਦੀ ਬਚਾ ਕਰ। ਉਹ ਨਮਕ ਹਰਾਮੀ ਕੀਤੀ ਮੇਰੇ ਨਾਲ, ਨਮਕ ਹਰਾਮੀ। ਬਾਬਾ ਸਾਈਂ, ਨਾਲੇ ਸੱਚ ਆ ਦੇ ਹਨ ਪੁਲਿਸ ਵਾਲਿਆਂ ਦੀ ਨਾ ਦੋਸਤੀ ਚੰਗੀ ਨਾ ਦੁਸ਼ਮਣੀ, ਨਿਬਕ ਥਾਣੇਦਾਰ ਦੀ ਨਿਯਤ ਤੇ ਪਹਿਲੇ ਹੀ ਸ਼ੱਕ ਹੈ, ਹੁਣ ਜਲਦੀ ਹੈਦਰ ਇਹਦਾ ਇਧਰ ਕਿੱਥੇ? ਨਾਤਾ ਨਾਤਾ, ਮੈਂ ਤੇਰਾ ਉਹ ਹਾਲ ਕਰੇ ਸਾਂ ਤੇ ਤੂੰ ਆਪਣਾ ਸ਼ੀਸ਼ੇ ਚ ਖੁਦ ਵੀ ਮੂੰਹ ਨਾ ਦੇਖ ਸਕਦੇ। ਕੁੱਤਾ ਮੀਨਾ, ਤੂੰ ਤਾਂ ਉਹ ਇਨਸਾਨੀ ਉਹ ਜਾਨਵਰ ਖੰਜ਼ੀਰ ਹੈ ਜਿਹੜਾ ਆਪਣੀ ਰਿਸ਼ਤੇ ਦੇ ਬਿਨਾਂ ਆਪਣੇ ਪਿਓ ਦਾ ਪਤਾ ਨਾ ਕਿਉਂ ਧੱਕਾ ਛੋੜੇ। ਜਾਨਵਰ ਹੀ ਜਾਨਵਰ, ਇਨਸਾਨ ਕਿਆ ਨਹੀਂ ਤੂੰ? ਆ ਦੇਖ ਕੀ ਦੱਸੇ ਕੋ ਚੁੱਪ ਹੋ। ਮੈਂ ਕੁੱਤਾ ਕਮੀਨਾ, ਹਾਂ ਮੈਂ ਜਾਨਵਰ ਵੀ ਹਾਂ। ਹਾਂ ਹਾਂ, ਤੇ ਜਾਨਵਰ ਨਹੀਂ, ਅਗਰ ਤੂੰ ਜਾਨਵਰ ਨਾ ਹੁੰਦਾ ਤੇ ਤੂੰ ਆਪਣੀ ਮਾਂ ਦੀ ਜਿਹੜੀ ਤੱਕ ਨਾ ਕਰੇ ਨਾ ਤੇ ਆਪਣੇ ਪੁੱਤਰ ਤੇ ਪੁੱਤਰੀ ਦਾ ਖੂਨ ਨਾ ਕਰੇ ਦਾ ਤੈਨ ਦੇ ਕਮੀਨੇ ਕਿ ਨੂੰ ਨਹੀਂ ਵੀ ਅੱਛੇ ਦੀ ਉਮੀਦ ਨਹੀਂ ਕੀਤੀ ਬਣ ਸਕਦੀ। ਜੇ ਤੇ ਕੋ ਪਤਾ ਲੱਗ ਵੀ ਗਏ ਜੇ ਸਾਰੇ ਕਤਲ ਮੈਂ ਕੀਤੇ ਨੇ ਤਾਂ ਹੈਦਰ ਦਾ ਪਤਾ ਸ਼ਰਾਫਤ ਨਾਲ ਦੱਸ ਦੇ। ਹੈਦਰ, ਤੂੰ ਹੈਦਰ ਦਾ ਪਤਾ ਕਰਨ ਚਾਹੁੰਦੀ ਤਾਂ ਸੁਣ, ਹੈਦਰ ਮੇਰੇ ਦਿਲ ਵਿੱਚ ਹੈ, ਹੈਦਰ ਮੇਰੇ ਸਾਹ ਵਿੱਚ ਹੈ, ਹੈਦਰ ਮੇਰੇ ਦਿਮਾਗ ਵਿੱਚ ਹੈ, ਹੈਦਰ ਮੇਰੀ ਰੂਹ ਵਿੱਚ ਹੈ। ਮੈਂ ਪੂਰੇ ਇਲਾਕੇ ਕੋ ਭਾਲ ਆੜਦਾ ਪਾ। ਸਹਿਮਤ
ਇੱਕ ਕਚਕਾ ਦੀ ਸੀ ਤੂੰ ਤੇਰੇ ਸਾਡੇ ਕੋ ਮਾਰਿਆ ਕਰੇ ਮਲਕ ਮਲਕ ਆ ਕੇ ਮੇਰੇ ਖਤਮ ਐ ਮੇਰੀ ਬਸਤੀ ਹਸਤੀ ਸਿੱਤ ਕੀ ਜਾਰ ਤੇ ਚੰਗਾ ਨਹੀਂ ਕੀਤਾ ਚੰਗਾ ਨਹੀਂ ਕੀਤਾ ਤੇ ਹੁਣ ਤੇਰੇ ਉੱਤੇ ਮੌਤ ਵਾਜਬ ਦੀ ਗਈ ਏ ਵਾਜਬ ਦੀ ਗਈ ਏ ਮੌਤ میری گل حیدر علی اتنا لازمی ہے تے جی میں نظر آوے نا وہ کوئی بولے نال چھنی کر دے اوے ابا تو پریشان نہ تھی آون دے اج حیدر علی ہوں میں اودی موت دا ایہو جا جال وچ ہے کہ او اج تو بچ تے نہ ویسے ملک صاحب تساں میں کو حکم کرو میں حیدر علی کو گھر وچ مار دوں اے ملکو اے حیدر علی آج تہاڈے سر تے اے موت ورتے آ گئے ہت تک تھی ونجو ٹھیک ہے میں دس رہا ਸਾਲੇ ਤੇ ਜਿੰਨਾ ਲੱਭੇ ਸਾਰੇ ਇਕੱਠੇ ਕਰ ਤੇ ਮੈਂ ਗਿਣਾ ਮੈਂ ਰੇ حیدر علی میرے کو جانو نہ مار جانو نہ مار میرے زندگی ڈاڑی پیاری ہے حیدر علی میرے کو معاف کر حیدر علی غلط انسان کو نہیں تھی رہی ہے حیدر علی آپ سکے ساؤترے سے اپنا تو خون کا رشتہ ہے دیکھ میرے خون کا رنگ بھی جلے تیرے بھرا کو مارے ہم ان کا رنگ بھی ہوا حیدر علی آپ بھرا ہے حیدر علی میرے کو معاف کر ہاں ملک سکندر نہ
मैं पूरी जिंदगी तेरे को माफी मंगा रही हूं जे तुसा मेरे को माफ नहीं किया ते आज मैं भी तेको माफ करना करसा करना करसा मां ए मैं तेको सुखी मौत नहीं मारनी और मैं तेको तरबात तरबात करसा तरबात तरबात करसा तरबात तरबात करसा तुसा मेरे मासूम भाई कुमारे मेरे फरिश्ते जे बाबे कुमारे ਹਾਂ ਤੁਸਾਂ ਮੇਰੀ ਪੂਰੀ ਨਸਲ ਨੂੰ ਮੁਕਾੜ ਦੇ ਹਾਂ ਤੁਸਾਂ ਸ਼ੈਤਾਨ ਨੇ ਸਿੰਗਲ ਨੂੰ ਬਚਾਉਣ ਖਾਤਰ ਮੈਂ ਆਪਣੇ ਮਾਸੂਮ ਭਰਾ ਨੂੰ ਓਏ ਪਾਕਿਸਤਾਨ ਤੋਂ ਬਾਹਰ ਭੇਜਣਾ ਪਿਆ ਪਰ ਤੈਨੂੰ ਨਹੀਂ ਵੰਡਦਾ ਤੈਂ ਮੇਰੇ ਮਾਸੂਮ ਭਰਾ ਤੇ ਹੌਣ ਵਾਲੀ ਭਾਬੀ ਨੂੰ ਹਾਂ ਕਤਲ ਕਰ ਦਿੱਤੀ ਤੇ ਮੈਂ ਤੇ ਕੋਈ ਆਈ ਕਤਲ ਕਰਦਾ तू अपने हाथ ने गोली मारी मैं क्या कर बेटा अपने अंदर अपना पुत्र चुप मले खाके ए फिन ओ काली कमली वाले का फैसला हर चेरी चाचा की खातिर हर तू अपने सत्ते फिरा तू हर ते मेरी मां को मेरी चाचा तू मेरे को खस दी ते मेरे मासूम फिरा तू मेरे मासूम भरा को ते मेरी भाभी को कर दी आज खान ते तेडी है जजात ऐ जजात कई कंद नहीं कई कंद नहीं ते हट तो ही मरा ते तैयार जवान हट हट भले काके मत हैदर तू भी कुछ नहीं मार सकता देख ना तू एक बाप है तू मलिक बादशाह का पुत्र है ना माफ करने सीखी ना तू मेरे को माफ कर मेरे चाचा चाचा मेरे माफ कर दादा ना चाचा ना आज तेरी आँख मेरी देखती पिया तेरी देती अबे मैं चाचा ये गोली मारने की कोशिश करता तेरे सामने मेरा पापा आवे ने ये मेरे हाथ रखो इन्हें मेरे हाथ मार मलिक बादशाह हैदर मार मार अपने पियो को मार दे गोली मैं अपने भरा को खून माफ कर देता हूं देखो आख्या हम ना कि नहीं भी अपने चाचे को अपचात ना रखी आज तू ना फरमानी करे ना पई मार गोली मेको किसी बात का साथी बाबा हैदर तेरे प्यो को भी मैं मारा हम तेरे फिरा को भी तो तेरी माँ को भी तेरी थी वाला रिसाल को भी मैं मारा हम और तू भी तकरा दीवान और तेरी जायदाद की खातिर मैं सारे खून से रिश्ते खत्म कर देते आज ते को भी नस्त नबूद कर देता और नस्त नबूद कर देता चाचा
गोली मारना लोग आखे ना मलिक बादशाह दा पुत्र मलिक बादशाह ने फरमानी की मलिक हाकिम मैं तीजा सारी गाल फोन की देख मलिक बादशाह के जुर्म मैं गिरफ्तार कर गिरफ्तार कर गए को अपने चाचे को चकाना छोड़ छोड़ डीएसपी साहब डीएसपी साहब बल्कि मेरे को गिरफ्तार कर गिनो क्योंकि मैं अपने सके सौत के नाल ये सारे कत्ल भी मैं किए तो तुसा मेरे को गिरफ्तार कर गए गिरफ्तार कर गए यस सर कोई इतना बड़ा है सर सारे कत्ल अपने सिर गिर गए थे जी चुप कर मैं तौर पर कोई एहसान नहीं किया जिदा कतल किते ही मैं सके सौत तो मैं कतल किते ते वाल एहसान किया चाचा सही पूरी हयाती मैं तुहाडे अगों हाथ बदल आया जे तुसा मेरी हिक्की नहीं होनी ते अज पल एक वारी वल तुहाडे अगों हाथ बदना ते मेहनत करना मलिक बादशाह वर्तनी खाओ ते साड़ी वस्ते पाले वास्ते छप्पर ते छां पड़ वंजो तेरे नाल वादा करना है गरीबे तमाम जजात खसी वापस सब कुछ वापस कर दे तू ये सोचते तू बन गया कि तेरे पिछू और मलिक बादशाह बेटे मलिक बादशाह मलिक बादशाह लाला 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 मैं बाद मैं बड़ा पाशा